वाहे गुरु, वाहे वाहे गुरु, वाहे गुरु। गुरमुख चूके आवण जान, गुरमुख दरगह पावे मान। गुरमुख खोटे खरे पछाण, गुरमुख लागे सहज त्याण। गुरमुख दरगह सिफत समाए, नानक गुरमुख बंद न पाए। गुरमुख नाम निरंजन पाए, गुरमुख होमै शब्द जलाए। गुरमुख साचे के गुण गाए, गुरमुख साचे रहै समाए। गुरमुख साच नाम पते उत्तम होए, नानक गुरमुख सगल पवन की सोची होए। कवन मूल कवन मत बेला, तेरा कवन गुरु जिसका तू चेला। कवन कथा ले रहो निराले, बोले नानक सुनो तुम बाले। इस कथा का दे विचार, पाव जल शब्द लगावण हार। पवन आरंभ सतगुर मत बेला, शब्द गुरु सुरत तुन चेला। कथ कथा ले रहो निराला, नानक जुग जुग गुर गोपाला। एक शब्द जित कथा बिचारी, गुरमुख हो मैं अगण निवारी। मैन के दंत क्यों खाई है सार, जित गर्भ जाए सो कवन आहार। हिवे का कर मंदर अगण पिराहण, कवन गुफा जित रहे वाहण। इत्युत किसको जान समावे, कवन त्याण मन मणै समावे। हो मैं विचो खोवे, दूजा मेटे एको होवे। जग करडा मन मुख गवार, शब्द कमाइए खाइए सार। अंतर बाहर एको जाने, नानक अगण मरे सतगुर के पाणे। अंतर बाहर एको जाने, नानक अगण मरे सतगुर के पाणे। वाहिगुरु, वाहिगुरु, वाहिगुरु। गुरु दी परम प्यारी साध संगत जीओ, असी साहिब श्री गुरु ग्रंथ साहिब महाराज जी की हजूरी दे विच बैठ के बड़े प्यार ते श्रद्धा भावना दे नाल सतगुरां दी गुरबाणी दी प्रतीत रखते हुए, सिदक भरोसा रखते हुए, असी जदों सतगुरां दी गुरबाणी नूं सरवण करते हाँ ना, ते उस नूं जदों असी मन दे विच मन के अपने मन नूं उस ते अमल विच ला दिंदे हां, उदों गुरु की कृपा सानू बख्शिश प्राप्त होंदी है कि सानू गुरु दियां
ਬਖਸ਼ਾਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਹੈ ਉਹ ਪ੍ਰਾਪਤ ਹੋਣੀਆਂ ਸ਼ੁਰੂ ਹੋ ਜਾਂਦੀਆਂ, ਗੁਰੂ ਸਾਡੇ ਤੇ ਮਿਹਰਬਾਨ ਹੋ ਜਾਂਦਾ ਹੈ। ਉਹ ਸਾਹਿਬ ਸਦਾ ਹੀ ਜੀਵਾਂ ਤੇ ਮਿਹਰਬਾਨ ਰਹਿੰਦਾ ਹੈ, ਪਰ ਲੋੜ ਹੈ ਸਾਨੂੰ ਆਪਣੇ ਆਪ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਉਸ ਸਾਹਿਬ ਦੇ ਸਮਰਪਣ ਕਰਨ ਦੀ। ਜਦੋਂ ਅਸੀਂ ਸਮਰਪਣ ਕਰ ਦਿੰਦੇ ਹਾਂ, ਆਪਣੀ ਮੈਂ ਖੋ ਦਿੰਦੇ ਹਾਂ, ਆਪਣੀ ਹਉਮੈ ਖੋ ਦਿੰਦੇ ਹਾਂ, ਆਪਣਾ ਵਜੂਦ ਖੋ ਦਿੰਦੇ ਹਾਂ, ਅਸੀਂ ਆਪਣਾ ਆਪਾ ਖੋ ਦਿੰਦੇ ਹਾਂ ਔਰ ਗੁਰੂ ਨੂੰ ਆਪਣੀ ਬਾਂਹ ਫੜਾ ਦਿੰਦੇ ਹਾਂ, ਉਸ ਪਰਮ ਪਿਤਾ ਪਰਮਾਤਮਾ ਨੂੰ ਜਦੋਂ ਆਪਣੀ ਬਾਂਹ ਫੜਾ ਦਿੰਦੇ ਹਾਂ ਨਾ, ਤੇ ਉਦੋਂ ਪਰਮ ਪਿਤਾ ਪਰਮਾਤਮਾ ਸਾਡੇ ਤੇ ਖੁਸ਼ ਹੋ ਕੇ ਸਾਨੂੰ ਖੁਸ਼ੀਆਂ ਦੇ ਭੰਡਾਰੇ ਬਖਸ਼ ਦਿੰਦਾ ਹੈ। ਸਾਧ ਸੰਗਤ ਜੀ, ਅਸੀਂ ਕਈ ਦਿਨਾਂ ਤੋਂ ਸਿੱਧ ਗੋਸ਼ਟ ਦਾ ਵਿਚਾਰ ਕਰ ਰਹੇ ਸਾਂ। ਪਿਛਲੇ ਪਦਿਆਂ ਦੇ ਵਿੱਚ ਗੁਰੂ ਸਾਹਿਬ ਨੇ ਗੁਰਮੁਖ ਦੀ ਉਪਮਾ ਦੱਸੀ ਹੈ, ਗੁਰਮੁਖ ਦੀ ਵਡਿਆਈ ਦੱਸੀ ਹੈ, ਗੁਰਮੁਖ ਕੈਸੀ ਅਵਸਥਾ ਦੇ ਵਿੱਚ ਹੁੰਦਾ ਹੈ, ਕੀ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਉਸਨੂੰ ਕੀ ਫਲ ਮਿਲਦੇ ਆ, ਇਹ ਦੱਸਿਆ ਸੀ। ਔਰ ਅੱਜ ਵੀ ਗੁਰੂ ਸਾਹਿਬ ਸਾਨੂੰ ਇਹ ਦੱਸ ਰਹੇ ਆ ਕਿ ਹਾਲੇ ਗੁਰਮੁਖ ਜਿਹੜਾ ਹੈ, ਅਖੀਰਲੀ ਪ੍ਰਾਪਤੀ ਜਿਹੜੀ ਹੈ ਗੁਰਮੁਖ ਦੀ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ। ਔਰ ਅੱਜ ਅਸੀਂ 41ਵੇਂ ਪਦੇ ਤੋਂ ਲੈ ਕੇ 40 ਪਦਿਆਂ ਤੱਕ ਜੋ ਗੁਰਬਾਣੀ ਹੈ ਸਿੱਧ ਗੋਸ਼ਟ ਦੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਹੈ, ਔਰ ਸਿੱਧਾਂ ਦਾ ਔਰ ਗੁਰੂ ਸਾਹਿਬ ਦਾ ਆਪਸ ਦੇ ਵਿੱਚ ਇਹ ਸੰਵਾਦ ਜਿਹੜੇ ਹੋਏ ਸੀ, ਉਹਨਾਂ ਦਾ ਵਿਚਾਰ ਜਿਹੜਾ ਅਸੀਂ ਆਪਾਂ ਕਰਾਂਗੇ। ਆਓ ਆਪਾਂ ਵਿਚਾਰ ਕਰੀਏ ਗੁਰੂ ਸਾਹਿਬ ਸਾਨੂੰ ਹੁਣ ਕੀ ਉਪਦੇਸ਼ ਕਰਦੇ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰਨ ਕੀਤਾ ਹੈ ਗੁਰੂ ਸਾਹਿਬ ਨੇ, ਗੁਰਮੁਖ ਨਾਮ ਨਿਰੰਜਣ ਪਾਏ, ਗੁਰਮੁਖ ਹਉਮੈ ਸ਼ਬਦ ਜਲਾਏ। ਗੁਰੂ ਸਾਹਿਬ ਕਹਿੰਦੇ ਹੈ ਵੀ ਗੁਰਮੁਖ ਜਿਹੜੀ ਆਤਮਾ ਹੋ ਜਾਂਦੀ ਹੈ ਨਾ, ਜਿਹੜਾ ਗੁਰੂ ਦਾ ਪਿਆਰਾ ਗੁਰਮੁਖ ਹੋ ਜਾਂਦਾ ਹੈ, ਗੁਰੂ ਦੀ ਸ਼ਰਨ ਹੋ ਜਾਂਦਾ ਹੈ, ਗੁਰੂ ਨੂੰ ਆਪਣੀ ਟੇਕ ਬਣਾ ਲੈਂਦਾ ਹੈ, ਗੁਰੂ ਨੂੰ ਆਪਣਾ, ਗੁਰੂ ਦਾ ਨਾਮ ਜਿਹੜਾ ਹੈ ਉਸ ਨੂੰ ਆਪਣਾ ਆਧਾਰ ਬਣਾ ਲੈਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਉਸ ਨੂੰ ਉਸ ਨਾਮ ਦੇ ਸਿਮਰਨ ਦੇ ਸਦਕਾ ਉਸ ਨਿਰੰਜਨ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਸ ਦਾ ਇਹ ਨਾਮ ਹੈ। ਅਸੀਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਦੇ ਹਾਂ ਨਾ, ਤੇ ਇਹ ਨਾਮ ਦੇ ਸਿਮਰਨ ਕਰਿਆ ਉਸ ਨਿਰੰਜਨ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਦੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ। ਨਿਰੰਜਨ ਦਾ ਮਤਲਬ ਹੁੰਦਾ ਕਿ ਜਿਸ ਨੂੰ ਕੋਈ ਵੀ ਮੈਲ ਨਹੀਂ ਲੱਗਦੀ, ਜਿਸ ਨੂੰ ਕੋਈ ਕਲੰਕ ਨਹੀਂ ਲੱਗਦਾ, ਜਿਸ ਨੂੰ ਕੋਈ ਦਾਗ ਨਹੀਂ ਲੱਗਦਾ, ਉਸ ਨੂੰ ਕਹਿੰਦੇ ਆ ਨਿਰੰਜਨ। ਤੇ ਸ੍ਰਿਸ਼ਟੀ ਦੇ ਵਿੱਚ ਨਿਰੰਜਨ ਇੱਕ ਪਰਮ ਪਿਤਾ ਪਰਮਾਤਮਾ ਹੀ ਹੈ ਜਿਸ ਨੂੰ ਕੋਈ ਮੈਲ ਨਹੀਂ ਲੱਗਦੀ, ਬਾਕੀ ਸਾਰਾ ਹੀ ਸੰਸਾਰ ਜਿਹੜਾ ਹੈ ਮੈਲਾ ਹੈ, ਅਧੂਰਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜਾ ਗੁਰਮੁਖ ਹੋ ਜਾਂਦਾ ਉਹ ਨਾਮ ਦੇ ਸਿਮਰਨ ਦੁਆਰਾ ਉਸ ਨਿਰੰਜਨ ਨੂੰ ਪ੍ਰਾਪਤ ਕਰ ਲੈਂਦਾ ਹੈ। ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ, ਐਸਾ ਨਾਮ ਨਿਰੰਜਨ ਹੋਏ, ਇਹ ਨਾਮ ਐਸਾ ਹੈ ਜਿਹੜਾ ਕਿ ਨਿਰੰਜਨ ਹੋ ਜਾਂਦਾ ਹੈ ਸਿਮਰਦਿਆਂ ਸਿਮਰਦਿਆਂ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪਰ ਇਸ ਨਾਮ ਨੂੰ ਹਰ ਸੰਸਾਰ ਦੇ ਬੰਦੇ ਨੂੰ ਪਤਾ ਹੈ ਕਿ ਪਰਮਾਤਮਾ ਦਾ ਨਾਮ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਦਿੰਦਾ ਹੈ, ਪਰ ਕਿੰਨੇ ਲੋਕ ਹੈ ਇਸ ਨੂੰ ਮੰਨਦੇ ਹੈ ਮਨ ਦੇ ਵਿੱਚ ਸੱਚ ਰੂਪ ਦੇ ਵਿੱਚ? ਕਹਿੰਦੇ ਗੁਰੂ ਸਾਹਿਬ ਕਹਿੰਦੇ ਕੋਈ ਵਿਰਲਾ ਹੀ ਹੈ। ਜੇ ਕੋ ਮਨ ਜਾਣੈ ਮਨ ਕੋਏ, ਕੋਈ ਕੋਈ ਆ ਭਾਈ ਵਿਰਲੇ। ਤੇ ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਇਸ ਨਾਮ ਨੂੰ ਮੰਨ ਲੈਂਦੇ ਆ ਉਹਨਾਂ ਨੂੰ ਉਸ ਨਿਰੰਜਨ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਆ ਇਹ ਭਾਈ ਸਾਡੇ ਗੁਰੂ ਪਰਮ ਪਿਤਾ ਪਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਹਉਮੈ ਮੋਹ ਮਮਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੱਥੇ ਇਹ ਸਰੀਰ ਦੇ ਵਿੱਚ ਪਾਇਆ ਹੋਇਆ ਹੈ, ਉੱਥੇ ਪਰਮਾਤਮਾ ਦਾ ਪਿਆਰ ਸ਼ਰਧਾ ਭਾਵਨਾ ਧਰਮ ਦਇਆ ਸੰਤੋਖ ਸੱਚ ਔਰ ਧੀਰਜ ਦੇ ਵੀ ਜੋ ਕਰਮ ਹੈ ਜੋ ਗੁਣ ਹੈ ਉਹ ਸਾਰੇ ਸਾਡੇ ਸਰੀਰ ਦੇ ਅੰਦਰ ਪਾਏ ਹੋਏ ਹੈ। ਪਰ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆਉਂਦੇ ਹਾਂ ਨਾ ਤਾਂ ਮਾਇਆ ਸਾਨੂੰ ਬੜੀ ਮਿੱਠੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਰਮਾਤਮਾ ਅਦ੍ਰਿਸ਼ਟ ਹੈ ਕਿਉਂਕਿ ਅਸੀਂ ਉਸ ਨੂੰ ਦੇਖਦੇ ਨਹੀਂ, ਇਸ ਕਰਕੇ ਅਸੀਂ ਉਸ ਤੋਂ ਭੁਲਾਵਾ ਖਾ ਜਾਂਦੇ ਹਾਂ, ਭਰਮ ਖਾ ਜਾਂਦੇ ਹਾਂ ਔਰ ਮਾਇਆ ਨੂੰ ਹੀ ਅਸੀਂ ਪਰਮਾਤਮਾ ਸਮਝ ਲੈਂਦੇ ਹਾਂ। ਅਸੀਂ ਇਹ ਸਮਝਦੇ ਹਾਂ ਮਾਇਆ ਹੀ ਸੁੱਖ ਦੇਣ ਵਾਲੀ ਹੈ, ਤੇ ਇਸ ਕਰਕੇ ਮਾਇਆ ਦੇ ਖੇਲ ਦੇ ਵਿੱਚ ਖੇਲਦੇ ਹੋਏ ਅਸੀਂ ਬੜਾ ਹੰਕਾਰ ਕਰਦੇ ਹਾਂ, ਹਉਮੈ ਕਰਦੇ ਹਾਂ। ਤੇ ਇਹ ਹਉਮੈ ਇੱਕ ਐਸਾ ਰੋਗ ਹੈ ਕਿ ਬੰਦੇ ਦੇ ਜੀਵਨ ਦੇ ਵਿੱਚ ਕਦੇ ਛੁੱਟਦਾ ਹੀ ਨਹੀਂ ਹੈ, ਸੂਖਸ਼ਮ ਰੋਗ ਹੈ। ਗੁਰੂ ਸਾਹਿਬ ਕਹਿੰਦੇ ਆ ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਏ। ਇਹ ਪਰਮਾਤਮਾ ਨੇ ਸਾਡੇ ਸਰੀਰ ਦੇ ਵਿੱਚ ਇਸਦਾ ਦਾਰੂ ਵੀ ਰੱਖਿਆ ਹੋਇਆ, ਨਾਮ ਵੀ ਰੱਖਿਆ ਹੋਇਆ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜੇ ਗੁਰਮੁਖ ਪਿਆਰਿਆਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਨਾ, ਫਿਰ ਉਹ ਪਰਮਾਤਮਾ ਦੇ ਨਾਮ ਦੁਆਰਾ ਗੁਰੂ ਤੋਂ ਜੋ ਨਾਮ ਅੰਮ੍ਰਿਤ ਲੈਂਦੇ ਹੈ ਉਸ ਨਾਮ ਦੀ ਸਿਮਰਨਾ ਦੁਆਰਾ, ਉਸ ਸ਼ਬਦ ਦੀ ਸਿਮਰਨਾ ਦੁਆਰਾ
ਇਹ ਹਉਮੈ ਹੰਕਾਰ ਨੂੰ ਆਪਣੇ ਸਰੀਰ ਦੇ ਵਿੱਚੋਂ ਜਲਾ ਦਿੰਦੇ ਆ, ਖਤਮ ਕਰ ਦਿੰਦੇ ਆ। ਤੇ ਫਿਰ ਜਦੋਂ ਇਹ ਹਉਮੈ ਖਤਮ ਹੋ ਜਾਂਦਾ ਨਾ, ਤੇ ਉਦੋਂ ਗੁਰੂ ਦੀ ਕਿਰਪਾ ਸਾਡੇ ਉੱਤੇ, ਮਿਹਰਬਾਨੀ ਜਿਹੜੀ ਆ ਉਹ ਬਖਸ਼ਣੀ ਸ਼ੁਰੂ ਹੋ ਜਾਂਦੀ ਹੈ। ਸਾਹਿਬ ਮਿਹਰਬਾਨ ਹੈ ਸਾਡਾ ਔਰ ਸਾਨੂੰ ਖੁਸ਼ੀਆਂ ਬਖਸ਼ ਦਿੰਦਾ, ਸਾਰੇ ਸੰਸਾਰ ਦੇ ਭੰਡਾਰੇ ਜਿਹੜੇ ਆ ਉਹ ਸਾਨੂੰ ਬਖਸ਼ ਦਿੰਦਾ, ਆਪਣੇ ਦਰਸਦਾਰੇ ਵੀ ਆਪਣੇ ਸਾਨੂੰ ਬਖਸ਼ ਦਿੰਦਾ। ਇੱਥੋਂ ਤੀਕਰ ਕੇ ਭਗਤ ਤਾਂ ਇੰਨਾ ਮਿਹਰਬਾਨ ਹੋ ਜਾਂਦਾ ਕਿ ਭਗਤ ਦਾ ਚਾਕਰ ਵੀ ਹੋ ਜਾਂਦਾ, ਨੌਕਰੀ ਵੀ ਕਰਦਾ ਆ ਕੇ। ਤੇ ਗੁਰੂ ਸਾਹਿਬ ਕਹਿੰਦੇ ਆ ਨਾਨਕ ਵਾਹਿਗੁਰੂ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਭੇਦ ਦੀਆਂ ਗੱਲਾਂ ਜਿਹੜੀਆਂ ਕਿ ਜਿਹੜੀਆਂ ਬਹੁਤ ਹੀ ਸੂਖਸ਼ਮ ਹੈ, ਬਰੀਕ ਹੈ, ਇਹ ਸਮਝਾਉਂਦੇ ਆ। ਔਰ ਗੁਰੂ ਸਾਹਿਬ ਕਹਿੰਦੇ ਆ ਗੁਰਮੁਖ ਸਾਚੇ ਕੇ ਗੁਣ ਗਾਏ, ਗੁਰਮੁਖ ਸਾਚੈ ਰਹਿ ਸਮਾਏ। ਇਸ ਤਰ੍ਹਾਂ ਨਾਮ ਦੇ ਸਿਮਰਨ ਦੁਆਰਾ ਹਉਮੈ ਨੂੰ ਜਲਾ ਕੇ ਗੁਰਮੁਖ ਪਿਆਰਾ ਜਿਹੜਾ ਹੈ ਨਾ, ਉਹ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਕਿਉਂਕਿ ਜਿੰਨਾ ਅਸੀਂ ਨਾਮ ਸਿਮਰਨ ਕਰਾਂਗੇ, ਓਨੇ ਪਰਮ ਪਿਤਾ ਪਰਮਾਤਮਾ ਦੇ ਗੁਣ ਜਿਹੜੇ ਹੈ ਸਾਡੇ ਅੰਦਰ ਆ ਜਾਣਗੇ। ਔਰ ਅਵਗੁਣ ਜਿਹੜੇ ਹੈ, ਹਉਮੈ ਜਿਹੜੀ ਹੈ, ਹੰਕਾਰ ਜਿਹੜੀ ਹੈ, ਕਾਮ ਕ੍ਰੋਧ ਲੋਭ ਮੋਹ ਦੂਤ ਜਿਹੜੇ ਹੈ, ਇਹ ਸਾਰੇ ਖਤਮ ਹੋ ਜਾਣਗੇ। ਪਰਮਾਤਮਾ ਦੀ ਕਿਰਪਾ ਸਾਡੇ 'ਤੇ ਵਰਸਣੀ ਸ਼ੁਰੂ ਹੋ ਜਾਏਗੀ, ਅਸੀਂ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ। ਤੋ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਫਿਰ ਜਿਹੜੇ ਗੁਰਮੁਖ ਪਿਆਰੇ ਹਉਮੈ ਨਾਲ, ਸ਼ਬਦ ਨਾਲ ਹਉਮੈ ਨੂੰ ਜਲਾ ਦਿੰਦੇ ਆ, ਉਹ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਆ। ਔਰ ਉਹਨਾਂ ਨੂੰ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦੇ ਗੁਣ ਜਿਹੜੇ ਆ ਉਹ ਪ੍ਰਾਪਤ ਹੁੰਦੇ ਰਹਿੰਦੇ ਆ। ਕਿਉਂਕਿ ਇਹ ਨਾਮ ਦਾ, ਪਰਮਾਤਮਾ ਦੇ ਨਾਮ ਦੀ ਇਹ ਸਿਧਾਂਤ ਹੈ ਕਿ ਜਿਹੜਾ ਵੀ ਗੁਰਮੁਖ ਪਿਆਰਾ ਸ਼ਰਧਾ ਭਾਵਨਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰੇਗਾ, ਉਸ ਨੂੰ ਪਰਮ ਪਿਤਾ ਪਰਮਾਤਮਾ ਦੇ ਸਾਰੇ ਗੁਣ ਜਿਹੜੇ ਆ ਪ੍ਰਾਪਤ ਹੋ ਜਾਣਗੇ। ਜਪਜੀ ਸਾਹਿਬ ਦੇ ਵਿੱਚ ਭੇਦ ਦੀ ਗੱਲ ਦੱਸੀ ਹੋਈ ਹੈ, ਗੁਣ ਸਾਰੇ ਪਰਮ ਪਿਤਾ ਪਰਮਾਤਮਾ ਕੋਲ ਹੀ ਹੈ। ਔਰ ਪਰਮਾਤਮਾ ਤੋਂ ਮਨੁੱਖ ਦੇ ਕੋਲ ਆਉਂਦੇ ਆ ਜਦੋਂ ਸਿਮਰਨਾ ਕਰਦਾ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਉਦੋਂ ਭਗਤ ਸਫਲ ਹੁੰਦੀ ਹੈ ਜਦੋਂ ਗੁਣ ਗੁਰੂ ਦੇ ਪਿਆਰੇ ਦੇ ਹਿਰਦੇ ਦੇ ਵਿੱਚ ਆ ਕੇ ਪਰਮਾਤਮਾ ਕੋਲੋਂ ਸਮਾ ਜਾਂਦੇ ਆ, ਔਰ ਉਦੋਂ ਪਰਮ ਪਿਤਾ ਪਰਮਾਤਮਾ ਵੀ ਇਹਨਾਂ ਦੇ ਗੁਣਾਂ ਦੇ ਨਾਲ ਹੀ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਆ ਕੇ ਵੱਸ ਜਾਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਗੁਰਮੁਖ ਸਾਚੈ ਰਹੇ ਸਮਾਏ। ਹਮੇਸ਼ਾ ਹੀ ਗੁਰਮੁਖ ਪਿਆਰਾ ਜਿਹੜਾ ਉਹ ਪਰਮ ਪਿਤਾ ਪਰਮਾਤਮਾ ਦੇ ਸੱਚ ਦੇ ਵਿੱਚ ਸਮਾਇਆ ਰਹਿੰਦਾ ਹੈ। ਉਸ ਤੋਂ ਇਲਾਵਾ ਸੰਸਾਰ ਦੀ ਮਾਇਆ ਦੀ ਗੱਲ ਹੀ ਕੋਈ ਨਹੀਂ ਕਰਦਾ। ਉਹ ਗੁਰਮੁਖ ਪਿਆਰੇ ਦਾ ਨਿਗਾਹ ਜਿਹੜੀ ਆ ਉਹ ਸਿਰਫ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਹੁੰਦੀ ਆ, ਉਸਦਾ ਧਿਆਨ ਜਿਹੜਾ ਹੈ ਸਹਿਜ ਦੇ ਨਾਲ ਹੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਇਆ ਹੁੰਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਗੁਰਮੁਖ ਪਿਆਰੇ ਜਿਹੜੇ ਆ ਨਾ ਉਸ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਆ, ਸੱਚੇ ਨੂੰ, ਜਿਹੜਾ ਸੱਚ ਪਰਮ ਪਿਤਾ ਪਰਮਾਤਮਾ ਹੈ ਸ੍ਰਿਸ਼ਟੀ ਦੇ ਵਿੱਚ, ਬਾਕੀ ਸਭ ਝੂਠ ਹੈ, ਬਿਣਸਣਹਾਰਾ ਹੈ। ਸੱਚ ਪ੍ਰਾਪਤ ਹੋ ਜਾਂਦਾ ਗੁਰਮੁਖ ਪਿਆਰਿਆਂ ਨੂੰ, ਜਿਹੜਾ ਨੂੰ ਸੱਚ ਪ੍ਰਾਪਤ ਹੋ ਜਾਂਦਾ ਹੈ ਉਹ ਆਪ ਵੀ ਸੱਚ ਬਣ ਜਾਂਦੇ ਹੈ, ਜੋਤ ਦੇ ਵਿੱਚ ਅਭੇਦ ਹੋ ਕੇ ਪਰਮਾਤਮਾ ਦਾ ਸਰੂਪ ਹੋ ਕੇ ਪਰਮਾਤਮਾ ਨਾਲ ਮਿਲ ਜਾਂਦੇ। ਤੋ ਸਾਧ ਸੰਗਤ ਜੀ ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰਮੁਖ ਸਾਚ ਨਾਮ ਪਤ ਉੱਤਮ ਹੋਏ, ਨਾਨਕ ਗੁਰਮੁਖ ਸਗਲ ਭਵਨ ਕੀ ਸੋਚੀ ਹੋਏ। ਹੁਣ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਬਈ ਜਿਹੜਾ ਸੱਚ ਨਾਮ ਦੀ ਕਿਰਪਾ ਐਸੀ ਬਖਸ਼ਦੀ ਹੈ ਕਿ ਉਸ ਦੀ ਪੱਤ ਦਰਗਾਹ ਦੇ ਵਿੱਚ ਹੁੰਦੀ ਹੈ, ਪਰਮਾਤਮਾ ਉਸਦਾ ਦਰਗਾਹ ਦੇ ਵਿੱਚ ਸਨਮਾਨ ਕਰਦਾ ਹੈ, ਉਸ ਨੂੰ ਪੱਤ ਦਾ ਕੱਪੜਾ ਜਿਹੜਾ ਹੈ ਉਹ ਦੇ ਕੇ ਆਪਣੇ ਆਸਣ ਤੇ ਬੁਲਾ ਲੈਂਦਾ ਹੈ, ਨਿਚਲ ਰਾਜ ਬਖਸ਼ ਦਿੰਦਾ ਹੈ, ਆਪਣੇ ਸੱਚਖੰਡ ਦੇ ਦੁਆਰੇ ਦੇ ਉੱਤੇ ਉਸਦਾ ਵਾਸਾ ਕਰ ਦਿੰਦਾ ਔਰ ਆਪਣੇ ਦਰਸਦਾਰੇ ਹਮੇਸ਼ਾ ਬਖਸ਼ਦਾ ਹੈ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਕਹਿੰਦੇ ਆ ਵੀ ਨਾਨਕ ਗੁਰਮੁਖ ਸਗਲ ਭਵਨ ਕੀ ਸੋਚੀ ਹੋਏ। ਜਿਹੜੇ ਇਸ ਤਰ੍ਹਾਂ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਦੱਸਦੇ ਆ ਕਿ ਜਿਹੜੇ ਇਸ ਤਰ੍ਹਾਂ ਨਾਲ ਗੁਰਮੁਖ ਹੋ ਜਾਂਦੇ ਹੈ ਉਹਨਾਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ, ਭਾਵ ਸਾਰੀ ਸ੍ਰਿਸ਼ਟੀ ਦੀ ਸੋਝੀ ਉਹਨਾਂ ਨੂੰ ਹੋ ਜਾਂਦੀ ਹੈ ਔਰ ਸਾਰੀ ਸ੍ਰਿਸ਼ਟੀ ਦੀ ਉਹ ਗਿਆਤਾ ਹੋ ਜਾਂਦੇ ਹੈ, ਸਾਰੀ ਸ੍ਰਿਸ਼ਟੀ ਦੇ ਉਹ ਅੰਦਰ ਦੀ ਗੱਲ ਜਾਣਨ ਵਾਲੇ ਹੋ ਜਾਂਦੇ ਹੈ, ਭੇਦ ਦੀਆਂ ਗੱਲਾਂ ਜਾਣ ਲੈਂਦੇ ਆ ਗੁਰਮੁਖ ਪਿਆਰੇ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਦੀ ਬਖਸ਼ਿਸ਼ ਹੈ ਸਾਨੂੰ ਉਹਨਾਂ ਸਿੱਧਾਂ ਨੂੰ ਉਦੋਂ ਸਮਝਾਇਆ ਭਾਈ ਇਸ ਤਰ੍ਹਾਂ ਨਾਲ ਗੁਰਮੁਖ ਜੋ ਤੁਸੀਂ ਨਾਮ ਸਿਮਰਨ ਕਰੋਗੇ ਨਾ ਤੇ ਉਦੋਂ ਤੁਹਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਸਾਨੂੰ ਵੀ ਅੱਜ ਅਸੀਂ ਜਦੋਂ ਇਹ ਬਾਣੀ ਪੜ੍ਹਦੇ ਹਾਂ ਤੇ ਉਦੋਂ ਸਾਨੂੰ ਇਹ ਗੁਰੂ ਸਾਹਿਬ ਉਪਦੇਸ਼ ਕਰਦੇ ਆ ਭਾਈ ਇਸ ਤਰ੍ਹਾਂ ਦੇ ਜਦੋਂ ਤੁਸੀਂ ਕਰਮ ਕਰੋਗੇ ਨਾ ਜੋ ਗੁਰਬਾਣੀ ਨੇ ਦੱਸੇ ਹੈ, ਸਿੱਧ ਗੋਸ਼ ਦੇ ਵਿੱਚ ਗੁਰੂ ਸਾਹਿਬ ਨੇ ਸਮਝਾਏ ਹੈ, ਉਦੋਂ ਅਸੀਂ ਇਸ ਨਾਮ ਦੇ ਸਿਮਰਨ ਦੁਆਰਾ ਇਸ ਨਿਰੰਜਨ ਨੂੰ ਅਸੀਂ ਪ੍ਰਾਪਤ ਕਰ ਲਵਾਂਗੇ, ਅਸੀਂ ਪਰਮ ਪਿਤਾ ਪਰਮਾਤਮਾ ਦੇ ਸੱਚ ਦੇ ਵਿੱਚ ਸਮਾ ਜਾਵਾਂਗੇ। ਹੁਣ ਅੱਗੇ ਫਿਰ ਜਦੋਂ ਇਹ ਗੱਲ ਸਿਰੇ ਦੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸਮਝਾਈ ਨਾ ਤੇ ਸਿੱਧਾਂ ਦੇ ਮਨ ਨੂੰ ਕੁਛ ਸਮਝ ਆਈ ਤੇ ਸਿੱਧਾਂ ਨੇ ਨਤਮਸਤਕ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਿਆ ਔਰ ਫਿਰ ਨਿਮਰਤਾ ਦੇ ਨਾਲ ਉਹਨਾਂ ਨੂੰ ਭੇਦ ਦੀਆਂ ਗੱਲਾਂ ਫਿਰ ਪੁੱਛੀਆਂ। ਸਾਰੀ ਵਿਚਾਰਧਾਰਾ ਨੂੰ ਜਦੋਂ ਸਮਝ ਲਿਆ ਤੇ ਫਿਰ ਜਿੰਨੀ ਕੁ ਹੋਰ ਸ਼ੰਕਾਵਾਂ ਸੀਗੀਆਂ ਸਿੱਧਾਂ ਦੀਆਂ
ਉਹਨਾਂ ਸਿੱਧਾਂ ਨੇ ਫਿਰ ਸਵਾਲ ਕੀਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ, ਔਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਸਵਾਲਾਂ ਦਾ ਫਿਰ ਜਵਾਬ ਦਿੱਤਾ, ਔਰ ਇਸ ਤਰ੍ਹਾਂ ਨਾਲ ਉਹਨਾਂ ਨੂੰ ਸਿੱਧੇ ਰਾਹ ਲਾ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਰਸਤਾ ਦਿਖਾਇਆ। ਹੁਣ ਗੁਰੂ ਸਾਹਿਬ ਉੱਥੇ ਜਦੋਂ ਗੋਸ਼ਟ ਦੇ ਵਿੱਚ ਸਵਾਲ ਹੋਇਆ, ਸਿੱਧਾਂ ਨੇ ਸਵਾਲ ਕੀਤਾ ਫਿਰ ਗੁਰੂ ਨਾਨਕ ਦੇਵ ਜੀ ਨੂੰ, ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਗੁਰੂ ਸਾਹਿਬ ਨੂੰ ਸਿੱਧਾਂ ਨੇ ਸਵਾਲ ਕੀਤਾ ਕਿ ਤੇਰਾ ਭਾਈ ਹੇ ਗੁਰੂ ਨਾਨਕ, ਤੂੰ ਸਾਨੂੰ ਇਹ ਸਮਝਾ ਕਵਣ ਮੂਲ, ਸਾਰੀ ਸ੍ਰਿਸ਼ਟੀ ਦਾ ਮੂਲ ਕਿਹੜਾ ਹੈ? ਜਿੱਥੋਂ ਸ੍ਰਿਸ਼ਟੀ ਬਣੀ ਹੈ, ਜੋ ਅਸੀਂ ਦੇਖ ਰਹੇ ਹਾਂ, ਇਸਦਾ ਮੂਲ ਕਿਹੜਾ ਹੈ, ਮੂਲ ਤੱਤ ਕੀ ਹੈ, ਔਰ ਕਿਹੜੀ ਮਤ ਹੈ ਵੇਲੇ ਦੀ ਜਿਹੜੀ ਇਹ ਤੱਤ ਨੂੰ ਮਿਲਾ ਸਕਦੀ ਹੈ, ਪਰਮਾਤਮਾ ਨੂੰ ਦਰਸ਼ਨ ਦਾਰੇ ਕਰਾ ਸਕਦੀ ਹੈ, ਕਿਹੜੀ ਮਤ ਹੈ, ਕਿਹੜੀ ਮਤ ਨਾਲ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਤੇ ਫਿਰ ਗੁਰੂ ਸਾਹਿਬ ਨੂੰ ਇਹ ਪੁੱਛਿਆ, ਤੇਰਾ ਕਵਣ ਗੁਰੂ, ਤੇਰਾ ਗੁਰੂ ਕਿਹੜਾ ਹੈ? ਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਨੇ ਸਵਾਲ ਕੀਤਾ, ਤੇਰਾ ਗੁਰੂ ਕਿਹੜਾ ਹੈ? ਗੁਰੂ ਨਾਨਕ, ਗੁਰੂ ਨਾਨਕ ਨਹੀਂ, ਉਦੋਂ ਨਾਨਕ ਨੂੰ ਬਾਲਾ ਕਹਿੰਦੇ ਸੀ ਉਸ ਸਿੱਧ ਲੋਕ, ਗੁਰੂ ਨਾਨਕ ਤਾਂ ਅਸੀਂ ਕਹਿੰਦੇ ਹਾਂ ਅੱਜ ਦੇ ਸਮੇਂ ਦੇ ਵਿੱਚ, ਉਦੋਂ ਨਾਨਕ ਨੂੰ ਸਿੱਧ ਲੋਕ ਬਾਲਾ ਕਹਿੰਦੇ ਸੀ, ਬੱਚਾ ਹੀ ਸਮਝਦੇ ਸੀ ਗੁਰੂ ਨਾਨਕ ਦੇਵ ਜੀ ਨੂੰ। ਤੇ ਤੇਰਾ ਗੁਰੂ ਕਿਹੜਾ ਹੈ, ਤੂੰ ਕਿਸ ਦਾ ਚੇਲਾ ਹੈ? ਇਹ ਸਵਾਲ ਕੀਤਾ ਗੁਰੂ ਸਾਹਿਬ ਨੇ। ਕਵਣ ਕਥਾ ਲੈ ਰਹੋ ਨਿਰਾਲੇ, ਕਿਹੜੀ ਕਥਾ ਲੈ ਕੇ, ਕਿਹੜੀ ਕਿਹੜੇ ਕਹਾਣੀ ਨੂੰ ਲੈ ਕੇ, ਕਿਹੜੇ ਸਿਧਾਂਤ ਨੂੰ ਲੈ ਕੇ ਤੂੰ ਇਸ ਸੰਸਾਰ ਤੋਂ ਵੱਖਰਾ ਹੈ, ਜਿਹੜਾ ਤੈਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ, ਤੂੰ ਇੰਨੀਆਂ ਵਿਚਾਰਾਂ ਜਾਣਦਾ, ਇੰਨਾ ਸਿਧਾਂਤ ਦੀ ਗੱਲ, ਇੰਨੇ ਪਰਮਾਤਮਾ ਦੇ ਭੇਤ ਦੀਆਂ ਗੱਲਾਂ ਜਾਣਦਾ ਹੈ, ਕਿਹੜੀ ਕਥਾ ਲੈ ਕੇ ਤੂੰ ਨਿਰਾਲਾ ਰਹਿੰਦਾ, ਤੂੰ ਵੱਖਰਾ ਹੈ ਸੰਸਾਰ ਤੋਂ? ਬੋਲੇ ਨਾਨਕ ਸੁਣੋ ਤੁਮ ਬਾਲੇ, ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲਗਾਵਣ ਹਾਰ। ਫਿਰ ਗੁਰੂ ਨਾਨਕ ਦੇਵ ਜੀ ਬੋਲੇ, ਭਾਈ ਸਿੱਧਾਂ ਨੇ ਕਿਹਾ ਕਿ ਹੇ ਨਾਨਕ ਬਾਲੇ, ਤੂੰ ਸਾਨੂੰ ਇਹ ਗੱਲ ਦੱਸੋ ਕਿ ਤੇਰਾ ਗੁਰੂ ਕੌਣ ਹੈ, ਤੂੰ ਕਿਸ ਦਾ ਚੇਲਾ ਹੈ, ਕਿਹੜੀ ਮਤ ਹੈ, ਕੌਣ ਤੱਤ ਹੈ, ਇਹ ਸਾਰੇ ਸਵਾਲ ਕੀਤੇ, ਔਰ ਕਿਹੜੀ ਕਥਾ ਲੈ ਕੇ ਤੁਸੀਂ ਨਿਰਾਲੇ ਰਹਿੰਦੇ ਹੋ, ਸੰਸਾਰ ਤੋਂ ਵੱਖਰੇ ਹੋ? ਤਾਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਇਹ ਦੱਸੋ, ਵਾਹੇ ਬਾਲੇ ਨਾਨਕ ਬਾਲੇ, ਤੁਸੀਂ ਸਾਨੂੰ ਇਹ ਸਮਝਾਓ, ਤੇ ਜਿਹੜਾ ਇਸ ਕਥਾ ਦਾ ਵਿਚਾਰ ਦਿੰਦਾ ਹੈ ਨਾ, ਇਸ ਕਥਾ ਕਾ ਦੇ ਵਿਚਾਰ, ਭਵ ਜਲ ਸ਼ਬਦ ਲਗਾਵਣ ਹਾਰ। ਤੇ ਗੁਰੂ ਸਾਹਿਬ ਨੇ ਵਿਚਾਰ ਦਿੱਤਾ ਕਿ ਭਵ ਜਲ, ਇਹ ਸੰਸਾਰ ਜਿਹੜਾ ਦੁੱਖਾਂ ਦਾ ਸਾਗਰ ਹੈ, ਇਸ ਸੰਸਾਰ ਦੇ ਵਿੱਚ ਜੋ ਅਸੀਂ ਕਰਮ ਕਰਾਂਗੇ ਉਹ ਦੁੱਖ ਹੀ ਦੁੱਖ ਬਣਦੇ ਆ, ਕਿਉਂਕਿ ਸਾਨੂੰ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ, ਔਰ ਅਸੀਂ ਅਣਜਾਣੇ ਦੇ ਵਿੱਚ ਜਿਹੜੇ ਆ ਪਾਪ ਕਰਮ, ਜਾਂ ਪਰਮਾਤਮਾ ਦੀ ਵਗਿਆ ਕਰਕੇ, ਨਾਮ ਸਿਮਰਨ ਨਾ ਕਰਨ ਦੀ ਵਗਿਆ ਹੀ ਪਰਮਾਤਮਾ ਦਾ ਦੋਸ਼ ਹੈ। ਪਰਮਾਤਮਾ ਨੇ ਸਾਨੂੰ ਭੇਜਿਆ ਹੋਇਆ ਸਿਮਰਨ ਕਰਨ ਵਾਸਤੇ ਇੱਥੇ, ਪਰਮਾਤਮਾ ਨੂੰ ਯਾਦ ਕਰਨ ਵਾਸਤੇ, ਪਰਮਾਤਮਾ ਨਾਲ ਮਿਲਣ ਕਰਨ ਵਾਸਤੇ। ਅਸੀਂ ਆ ਕੇ ਇੱਥੇ ਮਾਇਆ ਦੇ ਖੇਲ 'ਚ ਲੱਗ ਜਾਂਦੇ ਹਾਂ, ਪਰਮਾਤਮਾ ਨੂੰ ਭੁੱਲ ਜਾਂਦੇ ਹਾਂ, ਔਰ ਜਦੋਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਇਹੀ ਦੋਸ਼ ਹੈ ਸਾਡਾ, ਤੇ ਇਸ ਦੀ ਸਜ਼ਾ ਲੱਗਦੀ ਹੈ, 84 ਲੱਖ ਜੂਨੀਆਂ ਦਾ ਭੋਗ ਲੱਗਦਾ, ਇਹ ਭਵ ਜਲ ਹੈ, ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਤੇ ਗੁਰੂ ਸਾਹਿਬ ਨੂੰ ਉਹਨਾਂ ਨੇ ਕਿਹਾ ਵੀ ਇਹ ਭਵ ਜਲ ਜਿਹੜਾ ਹੈ ਕਿਵੇਂ ਤਰਿਆ ਜਾਵੇ? ਤੇ ਗੁਰੂ ਸਾਹਿਬ ਨੇ ਸਮਝਾਇਆ, ਭਾਈ ਜਿਨ੍ਹਾਂ ਨੇ ਭਵ ਜਲ ਤਰਨਾ ਹੈ ਉਹ ਸ਼ਬਦ ਹੈ, ਇੱਕ ਉਹ ਸ਼ਬਦ ਲੰਘਾਵਣ ਹਾਰ ਹੈ, ਪਰਮਾਤਮਾ ਦੇ ਨਾਮ ਦਾ ਸ਼ਬਦ ਜਿਹੜਾ ਹੈ, ਜਿਹੜਾ ਕੋਈ ਸਿਮਰੇਗਾ ਉਸ ਨੂੰ ਉਹ ਇਹ ਭਵ ਜਲ ਤਰਿਆ ਜਾਏਗਾ। ਹੁਣ ਗੁਰੂ ਸਾਹਿਬ ਨੇ ਅੱਗੇ ਜਿਹੜਾ ਸਵਾਲ ਕੀਤਾ ਸੀ ਸਿੱਧਾਂ ਨੂੰ ਕਿ ਤੇਰਾ ਗੁਰੂ ਕੌਣ ਹੈ, ਤੇਰੀ ਮੂਲ ਕੀ ਹੈ, ਤੇ ਤੂੰ ਕਿਸ ਦਾ ਚੇਲਾ ਹੈ? ਤੇ ਗੁਰੂ ਸਾਹਿਬ ਨੇ ਫਿਰ ਇਸ ਅੱਗੇ ਜਿਹੜੀ ਬਾਣੀ ਰਚੀ ਹੈ ਉਸ ਦੇ ਵਿੱਚ ਗੁਰੂ ਸਾਹਿਬ ਨੇ ਜਵਾਬ ਦਿੱਤਾ ਉਹਨਾਂ ਸਿੱਧਾਂ ਨੂੰ, ਕੀ ਕਿਹਾ ਹੈ? ਪਵਣ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜੁਗ ਜੁਗ ਗੁਰ ਗੋਪਾਲਾ, ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹਾਂ ਮੈਂ ਅਗਣ ਨਿਵਾਰੀ। ਇਹ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਿੱਧਾਂ ਦੇ ਉਸ ਸਵਾਲ ਦਾ ਜਵਾਬ ਦਿੱਤਾ ਜਿਹਦੇ 'ਚ ਪੁੱਛਿਆ ਸੀ ਵੀ ਤੇਰਾ ਗੁਰੂ ਕੌਣ ਹੈ, ਤੂੰ ਕਿਸ ਦਾ ਚੇਲਾ ਹੈ, ਪਵਣ ਕੌਣ ਤੱਤ ਹੈ ਮੂਲ, ਤੋ ਕਿਹੜੀ ਕਥਾ ਲੈ ਕੇ ਤੂੰ ਨਿਰਾਲਾ? ਉਹਨਾਂ ਦੇ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ, ਪਵਣ ਆਰੰਭ ਸਤਿਗੁਰ ਮਤ ਵੇਲਾ। ਗੁਰੂ ਸਾਹਿਬ ਨੇ ਕਿਹਾ ਭਾਈ ਜਿਹੜਾ ਸ੍ਰਿਸ਼ਟੀ ਦਾ ਖੇਲ ਹੈ ਨਾ, ਇਹ ਸਾਰੇ ਦਾ ਸਾਰਾ ਪਵਣ ਤੋਂ ਆਰੰਭ ਹੋਇਆ। ਪਵਣ ਭਾਵ ਪਵਣ ਅਸੀਂ ਕਿਹਨੂੰ ਕਹਿੰਦੇ ਹਾਂ? ਹਵਾ ਨੂੰ। ਔਰ
ਆਤਮਿਕ ਭਾਸ਼ਾ ਦੇ ਵਿੱਚ ਪਵਨ ਜਿਹੜੀ ਹੈ ਨਾ, ਉਸ ਨੂੰ ਅਸੀਂ ਅਨਹਦ ਧੁਨ ਕਹਿੰਦੇ। ਅਨਹਦ ਧੁਨ ਦਾ ਮਤਲਬ ਇਹ ਹੁੰਦਾ ਕਿ ਇੱਕ ਧੁਨ ਵੱਜ ਰਹੀ ਹੈ ਪਰ ਉਸ ਨੂੰ ਕੋਈ ਵਜਾ ਨਹੀਂ ਰਿਹਾ, ਆਪਣੇ ਆਪ ਵੱਜ ਰਹੀ ਹੈ, ਉਹਨੂੰ ਕਹਿੰਦੇ ਆ ਅਨਹਦ। ਅਨਹਦ ਹੱਦ ਦਾ ਮਤਲਬ ਹੁੰਦਾ ਚੋਟ ਕਰਨਾ, ਅਨਹਦ ਮਤਲਬ ਹੱਦ ਤੋਂ ਬਾਹਰ ਦੀ। ਹੱਦ ਦੇ ਵਿੱਚ ਮਾਇਆ ਦੇ ਖੇਲ ਸੰਸਾਰ ਦੇ ਵਿੱਚ ਤਾਂ ਬਥੇਰੀਆਂ ਧੁਨਾਂ ਵੱਜ ਰਹੀਆਂ ਪਰ ਪਰਮਾਤਮਾ ਦੇ ਦੁਆਰੇ ਤੇ ਇੱਕ ਜਿਹੜੀ ਧੁਨ ਵੱਜ ਰਹੀ ਆ ਉਹਨੂੰ ਅਨਹਦ ਧੁਨ ਕਹਿੰਦੇ ਆ। ਤੇ ਗੁਰੂ ਸਾਹਿਬ ਕਹਿੰਦੇ ਉਹਦਾ ਆਰੰਭ ਜਿਹੜਾ ਹੈ ਨਾ ਉਹ ਪਵਨ ਤੋਂ ਹੁੰਦਾ ਹੈ। ਪਵਨ ਤੋਂ ਕਿਵੇਂ ਹੁੰਦਾ? ਹੁਣ ਗੁਰਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਹੋਰ ਅੰਗਾਂ ਦੇ ਵਿੱਚ ਸ਼ਬਦ ਦੇ ਵਿੱਚ ਇੱਕ ਥਾਂ ਤੇ ਗੱਲ ਦੱਸਦੇ ਹੈ, ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਆ, ਜਲ ਤੇ ਤਿਰ ਪਵਣ ਸਾਜਿਆ ਘੱਟ ਘੱਟ ਜੋਤ ਸਮੋਏ। ਹੁਣ ਇਸ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਕਿ ਸਾਚੇ ਤੇ ਪਵਣਾ ਪਿਆ, ਜਿਹੜਾ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਰਚਨ ਤੋਂ ਪਹਿਲਾਂ 36 ਯੁੱਗ ਤੱਕ ਸੁੰਨ ਸਮਾਧ ਦੇ ਵਿੱਚ ਬੈਠਾ ਸੀ, ਤਾੜੀ ਲਾ ਕੇ ਭਗਤੀ ਦੇ ਵਿੱਚ 36 ਯੁੱਗ ਤੱਕ ਪਰਮਾਤਮਾ ਸੁੰਨ ਸਮਾਧ ਇੱਕ ਥਾਂ ਤੇ ਬੈਠਾ ਰਿਹਾ। ਔਰ ਉਦੋਂ ਉਹ ਕੀ ਸਰੂਪ ਸੀ? ਕਿਉਂਕਿ ਪਰਮਾਤਮਾ ਦਾ ਸਰੂਪ ਕੋਈ ਨਹੀਂ ਹੈ, ਕੋਈ ਰੰਗ ਨਹੀਂ, ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਕੋਈ ਭੇਖ ਨਹੀਂ, ਉਹ ਦ੍ਰਿਸ਼ਟ ਹੁੰਦਾ ਨਹੀਂ, ਕਿਸੇ ਨੂੰ ਦਿਸਦਾ ਹੀ ਨਹੀਂ ਹੈ। ਫਿਰ ਉਸਦਾ ਕੀ ਸਰੂਪ ਸੀ ਵੀ ਉਹ 36 ਯੁੱਗ ਬੈਠਾ ਰਿਹਾ? ਤੇ ਗੁਰੂ ਸਾਹਿਬ ਕਹਿੰਦੇ ਉਹ ਪਵਨ ਸੀ, ਸਾਚੇ ਤੇ ਉਸ ਪਰਮ ਪਿਤਾ ਪਰਮਾਤਮਾ ਤੋਂ ਪਵਨ ਹੋਈ। ਪਵਨ ਭਾਵ ਅਨਹਦ ਧੁਨ ਗੂੰਜੀ, ਅਨਹਦ ਧੁਨ ਜਿਹੜੀ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਜਿਹੜਾ ਪਵਨ ਦਾ ਰੂਪ ਹੈ। ਤੇ ਗੁਰੂ ਸਾਹਿਬ ਕਹਿੰਦੇ ਇਹ ਪਵਨ ਜਿਹੜਾ ਹੈ ਨਾ ਇਹ ਸਾਰੀ ਸ੍ਰਿਸ਼ਟੀ ਦਾ ਆਰੰਭ ਹੈ, ਸਾਰੀ ਸ੍ਰਿਸ਼ਟੀ ਇਸ ਪਵਨ ਤੋਂ ਪੈਦਾ ਹੋਈ ਹੈ। ਸਾਚੇ ਤੋਂ ਪਵਣਾ ਪਾਇਆ ਪਵਣੇ ਤੋਂ ਜਲ ਹੋਆ, ਪਵਣਾ ਦੋ ਹਵਾਵਾਂ ਮਿਲ ਕੇ, ਅੱਜ ਸਾਡੇ ਵਿਗਿਆਨਿਕ ਵੀ ਇਹ ਗੱਲ ਦੱਸਦੇ ਆ ਕਿ ਹਾਈਡਰੋਜਨ ਆਕਸੀਜਨ ਮਿਲ ਕਾਰਬਨ ਡਾਈਆਕਸਾਈਡ ਮਿਲ ਕੇ ਪਾਣੀ ਬਣ ਜਾਂਦਾ ਹੈ। ਇਸੇ ਤਰ੍ਹਾਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਕਿ ਜਦੋਂ ਇਹ ਗੈਸਾਂ ਆਪਸ ਵਿੱਚ ਦੀ ਮਿਲੀਆਂ ਉਦੋਂ ਜਲ ਦਾ ਸਮੁੰਦਰ ਦਾ ਜਿਹੜਾ ਸਾਗਰ ਸੀ ਉਹ ਜਲ ਬਣ ਗਿਆ ਔਰ ਜਲ ਦੇ ਉੱਤੇ ਧਰਤੀ ਹੋਈ। ਜਲ ਤੇ ਤਿਰ ਭਵਨ ਸਾਜਿਆ, ਤਿਰ ਭਵਨ ਦਾ ਮਤਲਬ ਧਰਤੀ ਔਰ ਧਰਤੀ ਦੇ ਥੱਲੇ ਹਿੱਸੇ ਵਾਲਾ ਪਤਾਲ ਔਰ ਉੱਪਰ ਜਿਹੜਾ ਆਕਾਸ਼, ਯਾਨੀ ਇਹ ਬ੍ਰਹਿਮੰਡ ਸਾਰਾ ਪਰਮਾਤਮਾ ਨੇ ਬਣਾ ਦਿੱਤਾ। ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਆ, ਜਲ ਤੇ ਤਿਰ ਭਵਨ ਸਾਜਿਆ ਔਰ ਤਿਰ ਭਵਨ ਦੇ ਵਿੱਚ ਘੱਟ ਘੱਟ ਜੋਤ ਸਮੋਏ। ਸਾਰੇ ਸਰੀਰ ਬਣਾਏ, ਆਕਾਰ ਬਣਾਏ, ਮਨੁੱਖਾਂ ਦੇ, ਪਸ਼ੂਆਂ ਦੇ, ਪਕਸ਼ੀਆਂ ਦੇ, ਨਦੀਆਂ, ਨਾਲੇ, ਚੰਦ, ਸੂਰਜ, ਸਾਰਾ ਕੁਛ ਬਣਾਇਆ ਔਰ ਉਹਨਾਂ ਦੇ ਵਿੱਚ ਇਹ ਆਪਣੀ ਜੋਤ ਜਿਹੜੀ ਆ ਪਰਮਾਤਮਾ ਨੇ ਰੱਖ ਦਿੱਤੀ। ਇਹ ਭੇਦ ਹੈ। ਗੁਰੂ ਸਾਹਿਬ ਕਹਿੰਦੇ ਭਾਈ ਪਵਣ ਆਰੰਭ ਸਤਿਗੁਰ ਮਤ ਵੇਲਾ। ਹੁਣ ਗੁਰੂ ਸਾਹਿਬ ਨੇ ਦੱਸਿਆ ਭਾਈ ਇਹ ਜਿਹੜੀ ਸਾਰੀ ਸ੍ਰਿਸ਼ਟੀ ਦਾ ਖੇਲ ਹੈ ਨਾ ਇਹ ਮੂਲ ਜਿਹੜਾ ਇਸਦਾ ਪਵਣ ਹੈ, ਪਵਣ ਤੋਂ ਆਰੰਭ ਹੁੰਦਾ ਇਹ ਔਰ ਸਤਿਗੁਰੂ ਜਿਹੜਾ ਵੇਲੇ ਦਾ ਹੋਵੇ ਉਸ ਦੀ ਮੱਤ ਜਿਹੜੀ ਹੈ, ਸਤਿਗੁਰੂ ਜਿਹੜਾ ਵੀ ਹੋਏਗਾ ਜੋ ਮੱਤ ਵਰਤ ਰਿਹਾ ਹੈ, ਜੋ ਮੱਤ ਸਮਝਾ ਰਿਹਾ ਉਸ ਦੇ ਨਾਲ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ। ਹੁਣ ਗੁਰੂ ਸਾਹਿਬ ਕਹਿੰਦੇ ਆ ਵੀ ਸਤਿਗੁਰੂ ਦੀ ਮੱਤ ਦੁਆਰਾ, ਸਤਿਗੁਰੂ ਪਰਮਾਤਮਾ ਦਾ ਸਰੂਪ ਹੁੰਦਾ ਹੈ, ਪਰਮਾਤਮਾ ਦੀ ਹੀ ਮੱਤ ਸਾਨੂੰ ਕੰਮ ਦੇਵੇਗੀ, ਹੋਰ ਆਇਰਾ ਗੈਰਿਆਂ ਦੀ, ਨੱਥੂ ਖੈਰਿਆਂ ਦੀ ਕੰਮ ਨਹੀਂ ਦੇਵੇਗੀ, ਬੰਦਿਆਂ ਦੀ ਮੱਤ ਸਾਨੂੰ ਕੰਮ ਨਹੀਂ ਦੇਵੇਗੀ। ਪਰਮਾਤਮਾ ਦੀ ਮੱਤ ਜਿਹੜੀ ਹੈ ਨਾ ਉਹ ਹੀ ਸਾਨੂੰ ਪਾਰ ਲੰਘਾਉਂਦੀ ਹੈ, ਉਹ ਪਰਮਾਤਮਾ ਦੀ ਮੱਤ ਹੀ ਪਰਮਾਤਮਾ ਦਾ ਨਾਮ ਸ਼ਬਦ ਹੈ। ਪਰਮਾਤਮਾ ਦਾ ਨਾਮ ਸ਼ਬਦ ਜਦੋਂ ਸਾਨੂੰ ਮਿਲਦਾ ਹੈ ਉਹਦੀ ਸਿਮਰਨਾ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੇ ਸ਼ਬਦ ਗੁਰੂ, ਇਸ ਕਰਕੇ ਉਹ ਜਿਹੜਾ ਸ਼ਬਦ ਹੈ ਨਾ ਅਨਹਦ ਧੁਨ ਜਿਹੜੀ ਹੈ ਉਹ ਸਾਡਾ ਗੁਰੂ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਿੱਧਾਂ ਨੂੰ ਇਹ ਸਮਝਾਇਆ ਔਰ ਸਾਡੀ ਸੁਰਤੀ ਜਿਹੜੀ ਹੈ ਨਾ ਉਸ ਧੁਨ ਦੀ, ਉਸ ਸ਼ਬਦ ਦੀ ਧੁਨ ਦੀ, ਅਨਹਦ ਧੁਨ ਸ਼ਬਦ ਦੀ ਜਿਹੜੀ ਸਾਡੀ ਸੁਰਤੀ ਜਿਹੜੀ ਆ ਉਹ ਚੇਲੀ ਹੈ। ਅਸੀਂ ਸਾਡੀ ਸੁਰਤੀ ਜਿਹੜੀ ਹੈ ਨਾ ਅਸੀਂ ਉਸ ਸੁਰਤੀ ਦੁਆਰਾ ਉਸ ਅਨਹਦ ਧੁਨ ਸ਼ਬਦ ਧੁਨ ਦੇ ਅਸੀਂ ਚੇਲੇ ਹਾਂ। ਤੇ ਅੱਗੇ ਗੁਰੂ ਸਾਹਿਬ ਨੇ ਕਿਹਾ ਭਾਈ ਅਕਥ ਕਥਾ ਲੈ ਰਹੋ ਨਿਰਾਲਾ। ਤੇ ਉਸ ਪਰਮ ਪਿਤਾ ਪਰਮਾਤਮਾ ਦੇ ਭੇਦ ਦੀਆਂ ਗੱਲਾਂ, ਮਤ ਦੀਆਂ ਗੱਲਾਂ, ਜਿਸ ਨੂੰ ਅਸੀਂ ਗੁਰਮਤ ਕਹਿੰਦੇ ਹਾਂ, ਉਹ ਗੁਰਮਤ ਦੀਆਂ ਗੱਲਾਂ ਦੀ ਅਸੀਂ ਜਦੋਂ ਕਥਾ ਕਹਾਣੀ ਕਰਦੇ ਹਾਂ, ਜਦੋਂ ਅਸੀਂ ਵਿਚਾਰ ਕਰਦੇ ਹਾਂ, ਜਦੋਂ ਅਸੀਂ ਸੋਚ ਕਰਦੇ ਹਾਂ, ਜਦੋਂ ਅਸੀਂ ਸਿਮਰਨਾ ਕਰਦੇ ਹਾਂ, ਤੇ ਉਸ ਕਥਾ ਦੀ ਵਜ੍ਹਾ ਕਰਕੇ ਅਸੀਂ ਸੰਸਾਰ ਤੋਂ ਵੱਖਰੇ ਹੋ ਜਾਂਦੇ ਹਾਂ, ਸਾਨੂੰ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ। ਇਹ ਗੱਲ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਦੱਸੀ ਹੈ ਕਿ ਭਾਈ ਪਵਨ ਤੋਂ ਆਰੰਭ ਹੁੰਦਾ ਹੈ ਮੂਲ ਤੱਤ ਔਰ ਫਿਰ ਇਹ ਸ਼ਬਦ ਗੁਰੂ ਜਿਹੜਾ ਹੈ ਸਾਡਾ, ਇਹ ਵੇਲੇ ਦੀ ਮੱਤ ਲੈ ਕੇ ਸ਼ਬਦ ਸਾਡਾ ਗੁਰੂ ਹੋ ਜਾਂਦਾ ਹੈ ਔਰ ਸ਼ਬਦ ਨੂੰ ਹੀ ਅਸੀਂ, ਕਿਉਂਕਿ ਪਰਮਾਤਮਾ ਸ਼ਬਦ ਸਰੂਪ ਹੈ, ਪਰਮਾਤਮਾ ਦਾ ਸਰੂਪ ਕੋਈ ਨਹੀਂ ਹੈ, ਕੋਈ ਰੂਪ ਨਹੀਂ ਹੈ ਉਸਦਾ, ਉਹ ਸ਼ਬਦ ਸਰੂਪ, ਅਨਹਦ ਧੁਨ ਸਰੂਪ ਹੈ, ਸ਼ਬਦ ਸਰੂਪ ਹੈ।
ਤੇ ਇਹ ਸ਼ਬਦ ਹੀ ਸਾਡਾ ਗੁਰੂ ਹੈ। ਜਦੋਂ ਇਹ ਅਨਹਦ ਧੁਨ ਸਾਡੇ ਦਸਵੇਂ ਦੁਆਰ ਦੇ ਵਿੱਚ ਵੱਜਣੀ ਜੋ ਲੱਗ ਜਾਂਦੀ ਹੈ ਨਾ, ਤੇ ਉਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਵੀ ਪਰਮ ਪਿਤਾ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ। ਗੁਪਤ ਤਾਂ ਸਾਰੇ ਸਰੀਰਾਂ ਦੇ ਵਿੱਚ ਹੈ, ਪਰ ਪ੍ਰਗਟ ਕਿਸੇ ਵਿਰਲੇ ਵਿਰਲੇ ਦੇ ਹੁੰਦਾ ਹੈ। ਗੁਪਤ ਤਾਂ ਹਰ ਸਰੀਰ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਨਿੱਜ ਘਰ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਪਰ ਜਦੋਂ ਕਿਸੇ ਗੁਰੂ ਪਿਆਰੇ ਦੇ ਪ੍ਰਗਟ ਹੋ ਜਾਂਦਾ ਉਦੋਂ ਫਿਰ ਉਹ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੋ ਜਾਂਦਾ ਗੁਰੂ ਪਿਆਰਾ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਉਹਨਾਂ ਸਿੱਧਾਂ ਨੂੰ ਇਹ ਸਮਝਾਇਆ, ਭਾਈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੀ ਵਿਚਾਰ ਲੈ ਕੇ, ਉਸ ਪਰਮ ਪਿਤਾ ਪਰਮਾਤਮਾ ਦੀ ਕਥਾ ਲੈ ਕੇ ਅਸੀਂ ਇਸ ਸੰਸਾਰ ਤੋਂ ਵੱਖਰੇ ਹਾਂ, ਅਸੀਂ ਪਰਮ ਪਿਤਾ ਪਰਮਾਤਮਾ ਨਾਲ ਮਿਲੇ ਹੋਏ ਹਾਂ। ਨਾਨਕ ਜੁਗ ਜੁਗ ਗੁਰ ਗੋਪਾਲਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਸਮਝਾਇਆ ਕਿ ਇਹ ਗੋਪਾਲ ਜਿਹੜਾ ਧਰਤੀ ਦੇ ਪਾਲਣ ਵਾਲਾ, ਗੋਪਾਲ ਕਹਿੰਦੇ ਆ ਧਰਤੀ ਦੇ ਪਾਲਣ ਵਾਲੇ ਨੂੰ, ਗੋਪਾਲ ਅਸੀਂ ਕ੍ਰਿਸ਼ਨ ਨੂੰ ਵੀ ਕਹਿੰਦੇ ਹਾਂ, ਕ੍ਰਿਸ਼ਨ ਨੂੰ ਨਹੀਂ, ਗੋਪਾਲ ਤਾਂ ਪਰਮਾਤਮਾ ਦਾ ਨਾਮ ਹੈ। ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਗੋਪਾਲ ਜਿਹੜਾ ਹੈ ਨਾ ਧਰਤੀ ਨੂੰ ਪਾਲਣ ਵਾਲਾ, ਇਹ ਯੁੱਗ ਯੁੱਗ ਸਦਾ ਸਾਰੇ ਯੁੱਗ ਇੱਕੋ ਹੀ ਹੈ, ਇਹ ਸਦਾ ਹੀ ਰਹਿੰਦਾ ਹੈ, ਇਹ ਕਦੇ ਮਿਟਦਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਗੱਲ ਦੀ ਭੇਤ ਦੱਸੀ ਹੋਈ ਆ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਗੱਲ ਕੀਤੀ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਇਹ ਗੱਲ ਕਹਿ ਰਿਹਾ ਕਿ ਮੇਰਾ ਗੁਰੂ ਜਿਹੜਾ ਸ਼ਬਦ ਪਰਮਾਤਮਾ ਸਰੂਪ ਹੈ, ਪਵਨ ਤੱਤ ਰੂਪ ਹੈ, ਔਰ ਮੈਂ ਮੇਰੀ ਸੁਰਤੀ ਉਸ ਦੀ ਚੇਲੀ ਹੈ ਸ਼ਬਦ ਦੀ, ਇਵੇਂ ਜੇਕਰ ਗੁਰੂ ਸਾਹਿਬ ਨੇ ਵੀ ਇਹੀ ਗੱਲ ਦੱਸੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਸਾਰੀ ਸ੍ਰਿਸ਼ਟੀ ਦੇ ਲੋਕਾਂ ਦਾ, ਜਿੱਥੇ ਸਾਡਾ ਵੀ ਆ ਉੱਥੇ ਸਾਰੇ ਸੰਸਾਰ ਦਾ ਗੁਰੂ ਜਿਹੜਾ ਹੈ ਉਹ ਪਰਮ ਪਿਤਾ ਪਰਮਾਤਮਾ ਹੈ, ਜਿਹੜਾ ਇੱਕ ਅਵਤਾਰ ਹੈ, ਉਹ ਕਦੇ ਵੀ ਮਿਟਦਾ ਨਹੀਂ ਹੈ, ਕਦੇ ਸਦਾ ਅਵਿਨਾਸ਼ੀ ਹੈ, ਕਦੇ ਉਸਦਾ ਵਿਨਾਸ਼ ਨਹੀਂ ਹੁੰਦਾ, ਕਦੇ ਉਹ ਰੂਪ ਦੇ ਵਿੱਚ ਨਹੀਂ ਆਉਂਦਾ, ਕਦੇ ਉਹ ਰੰਗ ਦੇ ਵਿੱਚ ਨਹੀਂ ਆਉਂਦਾ, ਕਦੇ ਉਹ ਜੂਣ ਦੇ ਵਿੱਚ ਨਹੀਂ ਆਉਂਦਾ, ਕਦੇ ਉਸਨੂੰ ਮਿੱਤੂ ਨਹੀਂ ਲੱਗਦੀ, ਕਦੇ ਉਸਨੂੰ ਕੋਈ ਭੈ ਨਹੀਂ ਹੈ, ਕਦੇ ਕੋਈ ਉਸਨੂੰ ਡਰ ਨਹੀਂ ਹੈ, ਕੋਈ ਵੀ ਉਸ ਨੂੰ ਮਿਟਣ ਵਾਲਾ ਨਹੀਂ ਹੈ, ਕੋਈ ਵੀ ਉਸਨੂੰ ਸਥਾਪਿਤ ਕਰਨ ਵਾਲਾ ਨਹੀਂ ਹੈ, ਉਹ ਆਪਣੇ ਆਪ ਦੇ ਵਿੱਚ ਸਮਿਆ ਕੋ ਸਥਾਪਿਤ ਹੈ, ਉਹ ਪਰਮ ਪਿਤਾ ਪਰਮਾਤਮਾ ਸਾਡਾ ਗੁਰੂ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ, ਇਸੇ ਸ਼ਬਦ ਦੇ ਲੜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਸ਼ਬਦ ਜਿਹੜਾ ਹੈ ਪਰਮ ਪਿਤਾ ਪਰਮਾਤਮਾ ਦੀ ਜੋਤ ਉਹ ਹਾਜ਼ਰ ਹੈ। ਔਰ ਜਿਹੜੇ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ, ਜੋ ਪ੍ਰਭ ਕੋ ਮਿਲ ਬੋਚ ਹੈ, ਅਸੀਂ ਰੋਜ਼ ਦੋਹਰੇ ਦੇ ਵਿੱਚ ਇਹ ਗੱਲ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਏ, ਇਹ ਸ਼ਬਦ ਦੇ ਵਿੱਚੋਂ ਜਦੋਂ ਸ਼ਬਦ ਖੋਜੇਗਾ ਨਾ, ਤੇ ਉਦੋਂ ਸ਼ਬਦ ਗੁਰੂ ਸਾਡਾ ਸਾਡੇ ਉੱਤੇ ਕਿਰਪਾ ਕਰੇਗਾ ਔਰ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ਼ ਦਾਰੇ ਹੋ ਜਾਣ। ਤੋਂ ਸਾਧਸੰਗ ਜੀ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਵੀ ਇਹ ਗੱਲ ਦੱਸੀ ਹੈ, ਨਾਨਕ ਜੁਗ ਜੁਗ ਗੁਰ ਗੋਪਾਲਾ, ਉਹ ਪਰਮ ਪਿਤਾ ਪਰਮਾਤਮਾ ਜੁਗ ਜੁਗ ਰਹਿਣ ਵਾਲਾ ਹੈ। ਫਿਰ ਗੁਰੂ ਸਾਹਿਬ ਨੇ ਦੱਸਿਆ ਕਿ ਅਸੀਂ ਕਿਸ ਦਾ ਵਿਚਾਰ ਕਰੀਏ ਤੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਇਸ ਜਿਹੜਾ ਸਦਾ ਜਾ ਰਹਿਣ ਵਾਲਾ ਹੈ। ਗੁਰੂ ਸਾਹਿਬ ਨੇ ਕਿਹਾ, ਏਕ ਸ਼ਬਦ ਚਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਣ ਨਿਵਾਰੀ, ਜਿਸ ਗੁਰਮੁਖ ਪਿਆਰੇ ਨੇ ਇਸ ਇੱਕ ਸ਼ਬਦ ਦੀ ਕਥਾ ਵਿਚਾਰ ਲਈ, ਭਾਵ ਇੱਕ ਸ਼ਬਦ ਦਾ ਵਿਚਾਰ ਕਰ ਲਿਆ ਜਿਵੇਂ ਅਸੀਂ ਅੱਜ ਹੁਣ ਕਰੀ ਜਾਂਦੇ ਹਾਂ ਵਿਚਾਰ, ਇਹੀ ਵਿਚਾਰ ਜਿਹੜਾ ਜਦੋਂ ਅਸੀਂ ਕਰਾਂਗੇ ਨਾ, ਜਿੰਨਾ ਚਿਰ ਅਸੀਂ ਗੁਰਬਾਣੀ ਦਾ ਵਿਚਾਰ ਨਹੀਂ ਕਰਾਂਗੇ ਉਹਨਾਂ ਚਿਰ ਸਾਨੂੰ ਸ਼ਬਦ ਦੀ ਭੇਤ ਦੀ ਪ੍ਰਾਪਤੀ ਨਹੀਂ ਹੋਏਗੀ, ਉਹਨਾਂ ਚਿਰ ਸਾਨੂੰ ਪਰਮਾਤਮਾ ਦੇ ਦਰਸ਼ਦਾਰੇ ਨਹੀਂ ਹੋਣਗੇ। ਗੁਰੂ ਸਾਹਿਬ ਤਾਂ ਕਹੀ ਜਾਂਦੇ ਨਾ, ਪੜ ਪੜ ਗੱਡੇ ਲੱਦੀਏ ਪੜ ਪੜ ਭਰੀਏ ਖਾਤ, ਪੜਿਆ ਕੁਛ ਨਹੀਂ ਹੁੰਦਾ ਭਾਈ, ਗੁਰੂ ਸਾਹਿਬ ਕਹਿੰਦੇ ਵਿਚਾਰ ਕਰੋ। ਤੇ ਵਿਚਾਰ ਅੱਜ ਕੱਲ੍ਹ ਸਾਡੇ ਸੰਸਾਰ ਦੇ ਲੋਕ ਐਸੇ ਆ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈ ਕਰਨ ਦਾ, ਵਿਚਾਰ ਕਰਨ ਦਾ ਟਾਈਮ ਹੀ ਨਹੀਂ ਹੈ, 10 ਮਿੰਟ ਗੁਰੂ ਦੀ ਚਰਨ ਨੂੰ ਛੱਡ ਬੈਠ ਕੇ ਬੈਠਣ ਦਾ ਟਾਈਮ ਹੀ ਨਹੀਂ ਹੈ ਕਿਸੇ ਕੋਲੇ, ਵਿਚਾਰ ਕੀ ਕਰੇਗਾ ਕੋਈ, ਵਿਚਾਰ ਤਾਂ ਮਾਇਆ ਦੇ ਚੱਲਦੇ, ਅੱਜ ਫਲਾਣੇ ਤੋਂ ਕਿਵੇਂ ਠੋਣੀ ਹੈ, ਫਲਾਣੇ ਨਾਲ ਕਿਵੇਂ ਠੱਗੀ ਕਰਨੀ ਹੈ, ਤੇ ਇਸ ਨਾਲ ਸਾਰਾ ਸੰਸਾਰ ਜਿਹੜਾ ਦੁੱਖਾਂ ਦਾ ਅੱਜ ਕੱਲ ਯੁੱਗ ਬਣਿਆ ਪਿਆ, ਦੁੱਖਾਂ ਦਾ ਸਾਗਰ ਬਣਿਆ ਪਿਆ। ਪਰਮਾਤਮਾ ਦੇ ਸ਼ਬਦ ਦਾ ਵਿਚਾਰ ਕਰੋ, ਗੁਰੂ ਸਾਹਿਬ ਇਹ ਦੱਸਦੇ ਹੈ, ਤੇ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਣ ਨਿਵਾਰੀ। ਤੇ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦੀ ਕਥਾ ਦਾ ਵਿਚਾਰ ਕਰਦੇ ਆ ਉਹ ਗੁਰਮੁਖ ਹੋ ਜਾਂਦੇ ਆ, ਔਰ ਜਦੋਂ ਉਹ ਗੁਰਮੁਖ ਹੋ ਜਾਂਦੇ ਆ ਪਰਮਾਤਮਾ ਦਾ ਨਾਮ ਸਿਮਰਨ ਦੇ ਹੋਏ, ਉਹਨਾਂ ਦੀ ਜਿਹੜੀ ਸੂਖਸ਼ਮ ਹਉਮੈ ਹੈ ਨਾ, ਹਉਮੈ ਦੀਗਰ ਰੋਗ ਹੈ, ਗੁਰੂ ਸਾਹਿਬ ਕਹਿੰਦੇ ਮਿਟਦਾ ਨਹੀਂ ਛੇਤੀ ਕਰਕੇ, ਜਦੋਂ ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰੀਦਾ, ਉਦੋਂ ਨਾਮ ਦੇ ਸਿਮਰਨ ਦੁਆਰਾ, ਇੱਕ ਸ਼ਬਦ ਦੇ ਸਿਮਰਨ ਦੁਆਰਾ ਇਹ ਹਉਮੈ ਜਿਹੜੀ ਹੈ ਜਲ ਜਾਂਦੀ, ਹਉਮੈ ਖਤਮ ਹੋ ਜਾਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਜਿਹੜੇ ਵਿਚਾਰ ਕਰਨਗੇ ਉਹਨਾਂ ਦੀ ਇਹ ਸ਼ਬਦ ਦੇ ਸਿਮਰਨ ਦੁਆਰਾ ਹਉਮੈ ਜਿਹੜੀ ਆ ਉਹ ਖਤਮ ਹੋ ਜਾਏਗੀ, ਮਨ ਨਿਰਮਲ ਹੋ ਜਾਏਗਾ, ਉਹਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤੋਂ ਸਾਧ ਸੰਗਤ ਜੀ ਅੱਗੇ ਫਿਰ ਸਿੱਧਾਂ ਨੇ ਸਵਾਲ ਕੀਤਾ ਗੁਰੂ ਸਾਹਿਬ ਨੂੰ, ਔਰ ਗੁਰੂ ਸਾਹਿਬ ਨੂੰ ਕੀ ਕਿਹਾ ਕਿ ਇਹ ਭਾਈ ਮਾਇਆ ਜਿਹੜੀ ਹੈ ਜਿਹੜੀ ਹਉਮੈ ਦਾ ਕਾਰਨ ਬਣਦੀ ਹੈ, ਇਹ ਮਾਇਆ ਜਿਹੜੀ ਹੈ ਹੇ ਨਾਨਕ ਕਿਵੇਂ ਖਾਈ ਜਾ ਸਕਦੀ ਹੈ,
ਇਹ ਸਵਾਲ ਫਿਰ ਕੀਤੇ ਹੈ ਤੇ ਕੀ ਕਹਿ ਰਹੇ ਆ, ਮੈਨ ਕੇ ਦੰਤ ਕਿਉਂ ਖਾਈ ਐ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ, ਸਿਵੇ ਕਾ ਕਰ ਮੰਦਰ ਅਗਣ ਪਰਾਹਣ, ਕਵਣ ਗੁਫਾ ਜਿਤ ਰਹੇ ਅਵਾਹਣ, ਇਤ ਉਤ ਕਿਸ ਕੋ ਜਾਣ ਸਮਾਵੈ, ਕਵਣ ਧਿਆਨ ਮਨ ਮਣੈ ਸਮਾਵੈ। ਹੁਣ ਸਿੱਧਾ ਨੇ ਫਿਰ ਬਹੁਤ ਹੀ ਕੀਮਤੀ ਸਵਾਲ ਜਿਹੜੇ ਸਾਡੇ ਸੰਸਾਰ ਦੇ ਲੋਕਾਂ ਵਾਸਤੇ ਅੱਜ ਜਿਹੜੇ ਆ ਕੰਮਦੇ ਹੈ, ਜੇ ਉਸ ਸਵਾਲਾਂ ਨੂੰ ਸਮਝ ਲਿਆ ਜਾਵੇ ਨਾ ਤੇ ਸਾਡੀ ਜਿਹੜੀ ਜ਼ਿੰਦਗੀ ਦਾ ਪਾਸਾ ਪਲਟ ਸਕਦਾ। ਸਾਡੀ ਜ਼ਿੰਦਗੀ ਜਿਹੜੀ ਹੈ ਜਿੱਥੇ ਮਾਇਆ ਦੇ ਖੇਲ 'ਚ ਫਿਰਦੀ ਹੈ ਉੱਥੇ ਪਰਮਾਤਮਾ ਦੀ ਸ਼ਰਨ ਆ ਜਾਏਗੀ। ਤੇ ਕੀ ਕਿਹਾ ਉਹਨਾਂ ਨੇ, ਸਿੱਧਾ ਨੇ ਸਵਾਲ ਕੀਤਾ ਹੈ, ਮੈਨ ਕੇ ਦੰਤ ਕਿਉਂ ਖਾਈਐ ਸਾਰ, ਇਹ ਮਾਇਆ ਜਿਹੜੀ ਹੈ ਨਾ ਨਾਗਣੀ ਹੈ, ਔਰ ਮਾਇਆ ਜਿਹੜੀ ਹੈ ਲੋਹੇ ਵਰਗੀ ਕਰਡੀ ਹੈ, ਔਰ ਸਾਰੇ ਜੀਵਾਂ ਨੂੰ ਆਪਣੇ ਵਿੱਚ ਲਪੇਟ ਕੇ ਇਹ ਇਹਨਾਂ ਨੂੰ ਖਾ ਰਹੀ ਹੈ। ਮਾਇਆ ਦੇ ਚੱਕਰ ਦੇ ਵਿੱਚ ਫਸਾ ਕੇ ਮਾਇਆ ਦੰਤਾਂ ਨਾਲ ਇਸ ਤਰ੍ਹਾਂ ਖਾ ਰਹੀ ਹੈ ਕਿ ਲੋਹੇ ਵਰਗਾ ਇਹ ਸਾਰ ਹੈ, ਲੋਹੇ ਵਰਗੀ ਇਹ ਮਾਇਆ ਇੰਨੀ ਕਰਡੀ ਹੈ ਕਿ ਕੋਈ ਵੀ ਇਸ ਨੂੰ ਖਾ ਨਹੀਂ ਸਕਦਾ ਤੇ ਇਹ ਸਾਰੇ ਸੰਸਾਰ ਨੂੰ ਖਾਈ ਜਾਂਦੀ ਹੈ। ਤੇ ਸਿੱਧਾ ਨੇ ਸਵਾਲ ਕੀਤਾ ਕਿ ਇਸ ਮਾਇਆ ਨੂੰ ਅਸੀਂ ਕਿਵੇਂ ਖਾਈਏ ਜਿਹੜੀ ਲੋਹੇ ਵਰਗੀ ਕਰਡੀ ਹੈ। ਜਿਤ ਗਰਭ ਜਾਏ ਸੋ ਕਮਣ ਹਵਾਰ ਆਹਾਰ, ਇਹ ਸੰਸਾਰ ਦੇ ਜੀਵਾਂ ਦਾ ਕੈਸਾ ਆਹਾਰ ਹੋਵੇ ਜਿਹਦੇ ਨਾਲ ਇਹ ਗਰਭ ਜਿਹੜਾ ਹੰਕਾਰ ਜਿਹੜਾ ਹੈ, ਹਉਮੈ ਜਿਹੜਾ ਹੈ, ਕਾਮ ਕ੍ਰੋਧ ਲੋਭ ਮੋਹ ਜਿਹੜੇ ਦੂਤ ਹੈ ਇਹ ਖਤਮ ਹੋ ਜਾਣ। ਤੇ ਫਿਰ ਸਵਾਲ ਇਹ ਵੀ ਕੀਤਾ, ਹਿਵੇ ਕਾ ਕਰ ਮੰਦਰ ਅਗਣ ਪਰਾਹਣ, ਹਿਰਦੇ ਦਾ ਘਰ ਜਿਹੜਾ ਹੈ ਨਾ ਉਹ ਸਾਡਾ ਮੰਦਰ ਹੈ, ਤੇ ਇਹਦੇ ਵਿੱਚ ਅਗਣ ਜਿਹੜੀ ਹੈ ਬਲ ਰਹੀ ਹੈ। ਸਾਰੇ ਸੰਸਾਰ ਦੇ ਜੀਵਾਂ ਨੂੰ ਹਉਮੈ ਦੀ ਅਗਨੀ ਲੱਗੀ ਹੋਈ ਹੈ, ਮਾਇਆ ਦੀ ਅਗਨੀ ਲੱਗੀ ਹੋਈ ਹੈ, ਔਰ ਸਾਰੇ ਸੰਸਾਰ ਦੇ ਜੀਵ ਜਿਹੜੇ ਆ ਮਾਇਆ ਦੇ ਚੱਕਰਾਂ 'ਚ ਫਸੇ ਹੋਏ ਇਹ ਅਗਨ ਦੇ ਸੰਤਾਪ ਨੂੰ ਝੱਲ ਰਹੇ ਹੈ। ਤੇ ਇਹ ਕਵਣ ਗੁਫਾ ਜਿਤ ਰਹੇ ਅਵਾਹਣ, ਕਿਹੜੀ ਗੁਫਾ ਹੈ ਜਿੱਥੇ ਇਹ ਅਵਾਹਣ ਪਰਮਾਤਮਾ ਦਾ ਮਤਲਬ ਜਿਹੜਾ ਹੈ ਜਿਹਨੂੰ ਅਸੀਂ ਬੁਲਾਉਣਾ ਚਾਹੁੰਦੇ ਹਾਂ, ਪਰਮਾਤਮਾ ਨੂੰ ਦਰਸ਼ਨ ਕਰਨਾ ਚਾਹੁੰਦੇ ਹਾਂ, ਇਹ ਕਿਹੜੀ ਗੁਫਾ ਹੈ, ਕਿੱਥੇ ਰਹਿੰਦਾ ਹੈ। ਅੱਗੇ ਫਿਰ ਸਵਾਲ ਉਹਨਾਂ ਨੇ ਕਿ ਇਹ ਪੰਜ ਛੇ ਸਵਾਲ ਸਿੱਧਾ ਨੇ ਇੱਕੋ ਵਾਰੀ ਕਰ ਦਿੱਤੇ ਆ ਗੁਰੂ ਨਾਨਕ ਦੇਵ ਜੀ ਨੂੰ, ਔਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਹੈ। ਇਹ ਧੁੱਤ ਕਿਸ ਕੋ ਜਾਣ ਸਮਾਵੈ, ਇਹ ਵੀ ਸਵਾਲ ਹੈ ਵੀ ਇਸ ਸੰਸਾਰ ਦੇ ਵਿੱਚ ਅਸੀਂ ਜਿੱਥੇ ਕਿਤੇ ਬੈਠੇ ਹਾਂ ਕਿੱਥੇ ਬੈਠ ਕੇ ਕਿਵੇਂ ਇਹ ਧੁੱਤ ਕਿਸ ਜਾਣ ਸਮਾਵੈ, ਕਿਸ ਪਰਮਾਤਮਾ ਨੂੰ ਪਾਓ, ਕਿਸ ਨੂੰ ਅਸੀਂ ਜਾਣੀਏ ਤੇ ਜਿਸ ਦੇ ਵਿੱਚ ਅਸੀਂ ਸਮਾ ਜਾਈਏ, ਇਹ ਸਵਾਲ ਕੀਤਾ ਹੈ। ਅੱਗੇ ਫਿਰ ਸਵਾਲ ਹੈ, ਕਵਣ ਧਿਆਨ ਮਨ ਮਣੈ ਸਮਾਵੈ, ਕਿਹੜਾ ਧਿਆਨ ਹੈ ਜਿਹੜਾ ਮਨ ਜਿਹੜਾ ਹੈ ਮਨ ਦੇ ਵਿੱਚ ਸਮਾ ਜਾਵੇ, ਸਾਡਾ ਮਨ ਜਿਹੜਾ ਦਸਾਂ ਦਿਸ਼ਾਵਾਂ ਦੇ ਵਿੱਚ ਨਾ ਭਟਕੇ, ਮਾਇਆ ਦੇ ਚੱਕਰਾਂ 'ਚ ਨਾ ਭਟਕੇ, ਮਾਇਆ ਤੋਂ ਰਹਿਤ ਹੋ ਜਾਵੇ। ਇਹ ਐਸਾ ਕੌਣ ਧਿਆਨ ਹੈ ਜਿਹੜਾ ਸਾਡਾ ਮਨ ਜਿਹੜਾ ਸਾਡੇ ਮਨ ਦੇ ਵਿੱਚ ਹੀ ਸਮਾਇਆ ਰਹੇ, ਟਿੱਕ ਕੇ ਬੈਠ ਜਾਵੇ ਇੱਕ ਥਾਂ ਦੇ ਉੱਤੇ। ਇਹ ਸਵਾਲ ਜਿਹੜੇ ਆ ਗੁਰੂ ਸਾਹਿਬ ਨੂੰ ਸਿੱਧਾ ਨੇ ਜਦੋਂ ਕੀਤੇ ਤੇ ਗੁਰੂ ਸਾਹਿਬ ਨੇ ਫਿਰ ਇਹਨਾਂ ਦਾ ਜਵਾਬ ਦਿੱਤਾ ਅੱਗੇ ਅਗਲੇ ਪਦੇ ਦੇ ਵਿੱਚ। ਤੇ ਆਓ ਆਪਾਂ ਵਿਚਾਰ ਕਰਦੇ ਹਾਂ ਗੁਰੂ ਸਾਹਿਬ ਨੇ ਉਹਨਾਂ ਸਿੱਧਾ ਨੂੰ ਫਿਰ ਕੀ ਸਮਝਾਇਆ, ਔਰ ਅਸੀਂ ਵੀ ਇਹਨਾਂ ਸ਼ਬਦਾਂ ਤੋਂ ਕੀ ਸਿੱਖਿਆ ਲੈਣੀ ਹੈ ਕਿ ਅਸੀਂ ਇਸ ਮਾਇਆ ਨੂੰ ਬਚਾ ਕਰਕੇ ਮਾਇਆ ਤੋਂ ਰਹਿਤ ਹੋ ਕੇ ਅਸੀਂ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਕਰ ਲਈਏ। ਤੋ ਸਿੱਧਾ ਨੂੰ ਗੁਰੂ ਸਾਹਿਬ ਨੇ ਜਵਾਬ ਦਿੱਤਾ, ਹੋ ਹੋ ਮੈਂ ਵਿੱਚੋ ਖੋਵੈ, ਦੂਜਾ ਮੇਟੈ ਏਕੋ ਹੋਵੇ, ਜਗ ਕਰਡਾ ਮਨਮੁਖ ਗਾਵਾਰ, ਸ਼ਬਦ ਕਮਾਈਐ ਖਾਈਐ ਸਾਰ। ਪਹਿਲੇ ਕੁਛ ਸ਼ਬਦਾਂ ਦਾ ਕੁਛ ਸਵਾਲਾਂ ਦਾ ਜਵਾਬ ਗੁਰੂ ਸਾਹਿਬ ਨੇ ਇੱਕੋ ਹੀ ਤੁਕ ਦੇ ਵਿੱਚ ਇੱਕੋ ਹੀ ਜਵਾਬ ਦੇ ਵਿੱਚ ਦੇ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਆ, ਹੋ ਹੋ ਮੈਂ ਵਿੱਚੋ ਖੋਵੇ। ਇਹ ਮਨੁੱਖ ਜਿਹੜਾ ਹੈ ਨਾ ਆਪਣੇ ਅੰਤਰ ਹਿਰਦੇ ਦੇ ਵਿੱਚੋਂ ਆਪਣੇ ਮਨ ਦੇ ਵਿੱਚੋਂ ਹੋ 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 ਮਤਲਬ ਹੰਕਾਰ ਦੀਆਂ ਗੱਲਾਂ, ਮੈਂ ਹਉਮੈ ਹੰਕਾਰ ਨੂੰ ਖਤਮ ਕਰ ਲਵੇ, ਮੈਂ ਦੀ ਇਹ ਮੇਰੀ ਚੀਜ਼ ਹੈ, ਇਹ ਮੇਰੇ ਪੁੱਤਰ ਧੀਆਂ, ਇਹ ਮੇਰੇ ਪਦਾਰਥ ਹੈ, ਉਹ ਮੇਰਾ ਫਲਾਨਾ ਹੈ, ਉਹ ਮੇਰਾ ਫਲਾਨਾ ਹੈ, ਇਹ ਮੈਂ ਦੀ ਗੱਲ ਛੱਡ ਦੇਵੇ, ਆਪਣੇ ਆਪ ਨੂੰ ਖਤਮ ਕਰ ਦੇਵੇ, ਔਰ ਸਾਰੀ ਹੀ ਕਿਰਿਆ ਕਰਮ ਆਪਣੇ ਸੰਸਾਰ ਦੇ ਜੀਵਨ ਦੀ ਜਿਹੜੀ ਹੈ ਨਾ ਸਾਰੇ ਹੀ ਕਰਮ ਜੋ ਕਿਰਿਆਮਾਨ ਹੈ ਕਰ ਰਿਹਾ ਉਹ ਪਰਮਾਤਮਾ ਦੇ ਓਟ ਆਸਰੇ ਕਰ ਦੇਵੇ, ਔਰ ਜੋ ਵੀ ਕਰਮ ਕਰੇ ਉਹ ਪਰਮਾਤਮਾ ਦੇ
ਰਜਾ ਦੇ ਵਿੱਚ ਰਹਿ ਕੇ ਪਰਮਾਤਮਾ ਦੇ ਹੁਕਮ ਨਾਲ ਕਰੇ, ਜੋ ਵੀ ਕਰੇ ਪਰਮਾਤਮਾ ਨੂੰ ਸਮਰਪਣ ਕਰ ਦੇਵੇ। ਆਪਣੀ ਮੈਂ ਕਦੇ ਨਾ ਕਰੇ ਕਿ ਮੈਂ ਕੀਤਾ ਹੈ। ਜੇ ਕਿਸੇ ਤੇ ਦਇਆ ਕੀਤੀ ਹੈ ਤੇ ਫਿਰ ਵੀ ਇਹ ਨਾ ਕਵੇ ਮੈਂ ਕੀਤੀ ਹੈ, ਇਹ ਸਮਝੇ ਕਿ ਮੈਂ ਪਰਮਾਤਮਾ ਦਾ ਦਿੱਤਾ ਹੋਇਆ ਸੀ, ਪਰਮਾਤਮਾ ਨੂੰ ਦੇ ਦਿੱਤਾ ਹੈ। ਜੇ ਕਿਸੇ ਨੂੰ ਸੇਵਾ ਕਰ ਰਿਹਾ ਹੈ ਤੇ ਸੇਵਾ ਵੀ ਇਹ ਕਰੇ ਕਿ ਮੈਂ ਪਰਮਾਤਮਾ ਦੇ ਜੀਵਾਂ ਦੀ ਸੇਵਾ ਕਰ ਰਿਹਾ, ਮੈਂ ਪਰਮਾਤਮਾ ਦੀ ਸੇਵਾ ਕਰ ਰਿਹਾ। ਕਦੇ ਹਉਮੈ ਹੰਕਾਰ ਦੀ ਗੱਲ ਨਾ ਕਰੇ, ਇਸ ਤਰ੍ਹਾਂ ਦੇ ਨਾਲ ਮੈਂ ਦੀ ਗੱਲ ਛੁੱਟ ਦੇਵੇ, ਮੈਂ ਤੋਂ ਤੂੰ ਤੇ ਆ ਜਾਵੇ। ਤੂੰ ਪਰਮਾਤਮਾ, ਤੂੰ ਦਿੱਤਾ ਸੀ, ਅਸੀਂ ਤੇਰੇ ਜੀਵਾਂ ਦੀ ਸੇਵਾ ਕਰ ਰਹੇ ਹਾਂ। ਹੇ ਪਰਮ ਪਿਤਾ ਪਰਮਾਤਮਾ, ਤੂੰ ਆ ਕਾਰਜ ਸਵਾਰ ਸਾਡੇ। ਹੇ ਪਰਮ ਪਿਤਾ ਪਰਮਾਤਮਾ, ਤੂੰ ਸਾਨੂੰ ਸੁੱਖ ਬਖਸ਼। ਹੇ ਪਰਮ ਪਿਤਾ ਪਰਮਾਤਮਾ, ਤੂੰ ਸਾਨੂੰ ਫਲਾਣੀ ਚੀਜ਼ ਦੀ ਬਖਸ਼ਿਸ਼ ਦੇ। ਇਸ ਤਰ੍ਹਾਂ ਦੇ ਨਾਲ ਆਪ ਆਪਣੇ ਜ਼ੋਰ ਨਾਲ ਕੁਛ ਨਾ ਕਰੋ। ਗੁਰੂ ਸਾਹਿਬ ਨੇ ਸਮਝਾਇਆ ਸਾਨੂੰ ਕਿ ਜ਼ੋਰ ਜਿਹੜਾ ਸਾਡਾ ਕਿਸੇ ਵੀ ਕੰਮ ਨਹੀਂ ਆਉਂਦਾ। ਕਿਉਂ? ਆਖਣ ਜ਼ੋਰ, ਚੁਪੇ ਨਾ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਜਿਹਦੇ ਹੱਥ ਜ਼ੋਰ ਆ ਉਹ ਪਰਮਪਿਤਾ ਪਰਮਾਤਮਾ ਹੈ, ਉਹੀ ਕਰ ਕਰਕੇ ਵੇਖਦਾ ਸਾਰੀ ਸ੍ਰਿਸ਼ਟੀ ਦੇ ਕਰਮਾਂ ਨੂੰ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਵੀ ਸਾਡਾ ਜ਼ੋਰ ਨਾ ਤਾਂ ਗਿਆਨ ਤੇ ਹੈ, ਨਾ ਸੁਰਤੀ ਤੇ ਹੈ, ਨਾ ਜੀਵਨ ਤੇ ਹੈ, ਨਾ ਮਰਨ ਤੇ ਹੈ। ਸਾਡਾ ਮਰਨ ਤੇ ਵੀ ਜ਼ੋਰ ਨਹੀਂ, ਅਸੀਂ ਮਰ ਨਹੀਂ ਸਕਦੇ ਗੇ ਜੇ ਮਰੀਏ ਤਾਂ। ਤੇ ਪਰਮਾਤਮਾ ਦੀ ਪ੍ਰਾਪਤੀ ਕਰਨ ਤੇ ਵੀ ਸਾਡਾ ਜ਼ੋਰ ਨਹੀਂ ਹੈ, ਰਾਜ ਤੇ ਵੀ ਸਾਡਾ ਜ਼ੋਰ ਨਹੀਂ ਹੈ, ਕਿਸੇ ਮਾਲ ਪਦਾਰਥਾਂ ਤੇ ਸਾਡਾ ਜ਼ੋਰ ਨਹੀਂ ਹੈ। ਜ਼ੋਰ ਕਿਹਦਾ? ਪਰਮਾਤਮਾ ਦਾ। ਜੇ ਪਰਮਾਤਮਾ ਜਿਸ ਕਿਸੇ ਨੂੰ ਜਿੰਨਾ ਦੇਣਾ ਓਨਾ ਆਪਣੇ ਆਪ ਪਹੁੰਚ ਜਾਂਦਾ, ਅਸੀਂ ਆਪਣਾ ਜ਼ੋਰ ਨਾ ਕਰੀਏ। ਇਸ ਕਰਕੇ ਅਸੀਂ ਜਦੋਂ ਆਪਣੀ ਮੈਂ ਖਤਮ ਕਰ ਲਵਾਂਗੇ ਨਾ, ਤੇ ਉਦੋਂ ਪਰਮਪਿਤਾ ਪਰਮਾਤਮਾ ਨੂੰ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਸਮਝ ਲਵਾਂਗੇ, ਸਾਰੇ ਕਾਰਜ ਪਰਮਪਿਤਾ ਪਰਮਾਤਮਾ ਕਰ ਰਿਹਾ ਹੈ ਇਹ ਸਮਝ ਲਵਾਂਗੇ, ਉਦੋਂ ਸਾਡੀ ਜਿਹੜੀ ਹੈ ਨਾ ਮਨ ਦੀ ਨਿਰਮਲਤਾ ਹੋ ਜਾਏਗੀ। ਮਨ ਜਦੋਂ ਨਿਰਮਲ ਹੋ ਜਾਏਗਾ ਉਦੋਂ ਸਾਨੂੰ ਪਰਮਪਿਤਾ ਪਰਮਾਤਮਾ ਦੇ ਦਰਸਦਾਰੇ ਵੀ ਹੋਣੇ ਸ਼ੁਰੂ ਹੋ ਜਾਣਗੇ, ਮਨ ਵੀ ਟਿਕਾ ਦੇ ਵਿੱਚ ਆ ਜਾਏਗਾ, ਤੇ ਇਸ ਕਰਕੇ ਇਹ ਮਾਇਆ ਜਿਹੜੀ ਹੈ ਖਤਮ ਹੋ ਜਾਏਗੀ। ਮਾਇਆ ਕਹਿੰਦੇ ਆ ਦੂਜਾ, ਗੁਰੂ ਸਾਹਿਬ ਕਹਿੰਦੇ ਆ ਦੂਜਾ ਮੇਟੈ ਏਕੋ ਹੋਵੈ। ਜਦੋਂ ਇਹ ਮਾਇਆ ਮੇਟ ਦਿੱਤੀ, ਮਾਇਆ ਤੋਂ ਰਹਿਤ ਹੋ ਗਿਆ ਜੀਵ ਆਤਮਾ, ਉਦੋਂ ਉਹ ਪਰਮ ਪਿਤਾ ਪਰਮਾਤਮਾ ਇੱਕ ਦਾ ਸਰੂਪ ਹੋ ਗਿਆ। ਦੂਜਾ ਮੇਟੈ ਏਕੋ ਹੋਵੈ, ਇੱਕ ਪਰਮ ਪਿਤਾ ਪਰਮਾਤਮਾ ਹੋ ਜਾਂਦਾ ਹੈ ਜੀਵ ਆਤਮਾ ਵੀ, ਤੇ ਉਦੋਂ ਪਰਮ ਪਿਤਾ ਪਰਮਾਤਮਾ ਤੇ ਆਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿੰਦਾ। ਤੇ ਅੱਗੇ ਫਿਰ ਗੁਰੂ ਸਾਹਿਬ ਨੇ ਕਿਹਾ ਜਗ ਕਰਡਾ ਮਨਮੁਖ ਗਾਵਾਰ। ਇਹ ਜੱਗ ਜਿਹੜਾ ਹੈ ਨਾ, ਇਹਦਾ ਕਰਮ ਜਿਹੜਾ ਬਹੁਤ ਕਰੜਾ ਹੈ, ਕਿਉਂਕਿ ਪਰਮਾਤਮਾ ਦੇ ਸਿਧਾਂਤ ਲੱਗਦੇ ਆ, ਗੁਰਮਤ ਲੱਗਦੀ ਹੈ, ਪਰਮਾਤਮਾ ਦੇ ਜੋ ਸਿਧਾਂਤ ਬਣਾਏ ਹੋਏ ਆ ਧਰਮ ਦੇ, ਉਹ ਸਿਧਾਂਤ ਸਾਨੂੰ ਲਾਗੂ ਹੋ ਜਾਂਦੇ ਆ। ਜਦੋਂ ਅਸੀਂ ਸੰਸਾਰ ਦੇ ਵਿੱਚ ਆ ਜਾਂਦੇ ਹਾਂ ਜੀਵਾਤਮਾ ਬਣ ਕੇ, ਸਾਡੇ ਤੇ ਕਰਮ ਲਾਗੂ ਹੋ ਜਾਂਦੇ ਆ। ਔਰ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਵੀ ਇਹ ਜੱਗ ਬੜਾ ਕਰੜਾ ਹੈ, ਕਿਉਂਕਿ ਜੋ ਵੀ ਕੋਈ ਕਰਮ ਕਰੇਗਾ ਉਸਦਾ ਬੀਜ ਉਹ ਬੀਜੇਗਾ, ਉਸਦਾ ਭੋਗ ਭੋਗਣਾ ਪਏਗਾ, ਜੋ ਕਰਮ ਕਰੇਗਾ ਉਸਦਾ ਫਲ ਕੱਟਣਾ ਪਏਗਾ। ਜੇ ਚੰਗੇ ਕਰਮ ਕਰੇਗਾ ਤਾਂ ਠੀਕ ਹੈ, ਚੰਗਾ ਫਲ ਹੈ। ਜੇ ਅਣਜਾਣੇ ਦੇ ਵਿੱਚ ਜੱਗ, ਕਿਉਂਕਿ ਕਰਦਾ ਹੈ, ਅਸੀਂ ਭੇਦ ਦੀਆਂ ਗੱਲਾਂ ਜਾਣਦੇ ਨਹੀਂ, ਅਸੀਂ ਅਣਜਾਣੇ ਦੇ ਵਿੱਚ ਹੀ ਪਾਪ ਕਰਮ ਕਰਦੇ ਰਹਿ ਜਾਂਦੇ ਹਾਂ, ਔਰ ਸਾਨੂੰ ਦੁੱਖਾਂ ਦਾ ਸਾਗਰ ਬਣ ਜਾਂਦਾ ਹੈ, ਦੋਸ਼ ਲੱਗ ਜਾਂਦੇ ਆ, ਦੁੱਖ ਲੱਗ ਜਾਂਦੇ ਆ, ਰੋਗ ਲੱਗ ਜਾਂਦੇ ਆ, ਸੰਤਾਪ ਲੱਗ ਜਾਂਦੇ ਆ, ਕਾਮ ਕ੍ਰੋਧ ਮੋਹ ਹੰਕਾਰ ਦੇ ਚੱਕਰਾਂ 'ਚ ਅਸੀਂ ਮਤਲਬ ਇਹ ਕਰਮ ਕਰਦੇ ਹੋਏ, ਮਾਇਆ ਦੇ ਖੇਲ ਖੇਲਦੇ ਹੋਏ ਇਹ ਮਾਇਆ ਦੇ ਚੱਕਰ 'ਚ ਫਸ ਜਾਂਦੇ ਆ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਸਾਰਿਆਂ ਦਾ ਛੁਟਕਾਰਾ ਇੱਕ ਹੀ ਆ ਭਾਈ, ਕੀ? ਸ਼ਬਦ ਕਮਾਈਐ ਖਾਈਐ ਸਾਰ। ਪਰਮਾਤਮਾ ਦੇ ਨਾਮ ਦਾ ਸ਼ਬਦ ਜਿਹੜਾ ਹੈ ਨਾ, ਗੁਰੂ ਤੋਂ ਲੈ ਕੇ ਪਰਮ ਪਿਤਾ ਪਰਮਾਤਮਾ ਦੇ ਸਰੂਪ ਸਤਿਗੁਰੂ ਤੋਂ ਲੈ ਕੇ, ਜਦੋਂ ਅਸੀਂ ਨਾਮ ਸਿਮਰਨ ਦੀ ਆਰਾਧਨਾ ਕਰਾਂਗੇ, ਨਾਮ ਸ਼ਬਦ ਦੀ ਆਰਾਧਨਾ ਕਰਾਂਗੇ, ਉਦੋਂ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਸਾਰ ਜਿਹੜਾ ਹੈ ਨਾ, ਲੋਹੇ ਵਰਗੀ ਮਾਇਆ ਜਿਹੜੀ ਹੈ, ਇਹ ਤੁਸੀਂ ਖਾ ਲਓਗੇ, ਭਾਵ ਇਹ ਤੁਹਾਡੇ ਤੇ ਅਸਰ ਨਹੀਂ ਕਰੇਗੀ, ਤੁਹਾਨੂੰ ਨਾਗਣ ਬਣ ਕੇ ਡਸੇਗੀ ਨਹੀਂ, ਤੁਹਾਡੇ ਇਹ ਚਰਨ ਸ਼ਰਨ ਦੇ ਵਿੱਚ ਰਹੇਗੀ, ਤੁਹਾਡੀ ਸੇਵਾ ਦੇ ਵਿੱਚ ਰਹੇਗੀ, ਤੁਸੀਂ ਇਸ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਯੂਜ਼ ਕਰੋਗੇ। ਇਹ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਇਹ ਜਿਹੜੀ ਮਾਇਆ ਖਤਮ ਹੁੰਦੀ ਹੈ, ਇਹ ਵੀ ਸ਼ਬਦ ਦੁਆਰਾ, ਨਾਮ ਸਿਮਰਨ ਦੁਆਰਾ, ਪਰਮਾਤਮਾ ਦੇ ਸ਼ਬਦ ਦੁਆਰਾ, ਜਿਹਨੂੰ ਅਸੀਂ ਅਨਹਾਤ ਧੁਨ ਕਹਿੰਦੇ ਹਾਂ, ਜਿਸ ਨੂੰ ਅਸੀਂ ਗੁਰੂ ਸਾਹਿਬ ਨੇ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਜਦੋਂ ਸਾਡੀ ਸੁਰਤੀ ਜਿਹੜੀ ਹੈ ਇਹ ਸ਼ਬਦ ਗੁਰੂ ਦੀ ਧੁਨ ਦੀ ਚੇਲੀ ਹੋ ਜਾਏਗੀ ਨਾ, ਉਦੋਂ ਉਹ ਪਰਮ ਪਿਤਾ ਪਰਮਾਤਮਾ ਨਾਲ ਅਸੀਂ ਜੁੜ ਜਾਵਾਂਗੇ ਔਰ ਮਾਇਆ ਤੋਂ ਅਸੀਂ ਰਹਿਤ ਹੋ ਜਾਵਾਂਗੇ, ਮਾਇਆ ਸਾਡਾ ਕੁਛ ਨਹੀਂ ਵਿਗਾੜ ਸਕੇਗੀ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ। ਤੇ ਫਿਰ ਗੁਰੂ ਸਾਹਿਬ ਨੇ ਸਮਝਾਇਆ, ਜਦੋਂ ਅਸੀਂ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਆ ਜਾਵਾਂਗੇ, ਸ਼ਬਦ ਦੁਆਰਾ ਅਸੀਂ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ ਔਰ ਮਾਇਆ ਤੋਂ ਰਹਿਤ ਹੋ ਜਾਵਾਂਗੇ, ਮਾਇਆ ਸਾਡੇ ਨੇੜੇ ਵੀ ਨਹੀਂ ਆਏਗੀ, ਤੇ ਉਦੋਂ ਗੁਰੂ ਸਾਹਿਬ ਕਹਿੰਦੇ ਆ ਅੰਤਰ ਬਾਹਰ ਏਕੋ ਜਾਣੈ, ਨਾਨਕ ਅਗਣ ਮਰੈ ਸਤਿਗੁਰ ਕੈ ਪਹਾਣੈ। ਅੰਤਰ ਬਾਹਰ, ਜਦੋਂ ਫਿਰ ਸਾਡੇ ਅੰਤਰ ਹਿਰਦੇ ਦੇ ਵਿੱਚ ਸਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ
ਕਿ ਸਾਡੇ ਦਸਵੇਂ ਦਵਾਰ ਦੇ ਵਿੱਚ ਅਨਹਦ ਧੁਨ ਵੱਜ ਕੇ ਇਹ ਨਾਮ ਸ਼ਬਦ ਜਿਹੜਾ ਗੂੰਜ ਰਿਹਾ ਹੈ ਔਰ ਪਰਮ ਪਿਤਾ ਪਰਮਾਤਮਾ ਸਾਡੇ ਅੰਤਰ ਹਿਰਦੇ ਦੇ ਵਿੱਚ ਬਿਰਾਜਮਾਨ ਹੈ। ਜੋ ਪਰਮ ਪਿਤਾ ਪਰਮਾਤਮਾ ਦੇ ਦਰਸ਼ ਦੁਆਰੇ ਤੁਹਾਨੂੰ ਅੰਤਰ ਹਿਰਦੇ ਦੇ ਵਿੱਚ ਦਸਵੇਂ ਦੁਆਰ ਦੇ ਵਿੱਚ ਹੁੰਦੇ ਹੈ, ਉਸੇ ਉਹੀ ਪਰਮ ਪਿਤਾ ਪਰਮਾਤਮਾ ਤੁਸੀਂ ਸਾਰੀ ਸ੍ਰਿਸ਼ਟੀ ਦੇ ਵਿੱਚ ਜਾਣੋ, ਸਾਰੇ ਜੀਵਾਂ ਦੇ ਵਿੱਚ, ਸਾਰੇ ਪੇੜ ਪੌਦਿਆਂ ਦੇ ਵਿੱਚ, ਸਾਰੇ ਪਕਸ਼ੀਆਂ ਦੇ ਵਿੱਚ, ਸਾਰੇ ਪਸ਼ੂਆਂ ਦੇ ਵਿੱਚ, ਸਾਰੇ ਧਰਤੀ ਦੇ ਕਣ ਕਣ ਦੇ ਉੱਤੇ ਜਦੋਂ ਤੁਸੀਂ ਇਸ ਪਰਮ ਪਿਤਾ ਪਰਮਾਤਮਾ ਦਾ ਵਾਸਾ ਜਾਣ ਲਓਗੇ ਨਾ, ਅੰਤਰ ਬਾਹਰ ਏਕੋ ਜਾਣਾ, ਆਪਣੇ ਅੰਤਰ ਹਿਰਦੇ ਦੇ ਵਿੱਚ ਔਰ ਆਪਣੇ ਹਿਰਦੇ ਤੋਂ ਬਾਹਰ ਵੀ ਜਿਹੜਾ ਨਾ ਤੁਸੀਂ ਸੰਸਾਰ ਦੇ ਵਿੱਚ ਜਦੋਂ ਇਸ ਪਰਮ ਪਿਤਾ ਪਰਮਾਤਮਾ ਨੂੰ ਜਾਣਨਾ ਸ਼ੁਰੂ ਕਰ ਦਿਓਗੇ, ਤੁਹਾਨੂੰ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਏਗਾ। ਤੁਸੀਂ ਸਾਰੇ ਸੰਸਾਰ ਦੇ ਜੀਵਾਂ ਤੇ ਦਇਆ ਭਾਵਨਾ ਕਰਕੇ ਖਿਮਾ ਕਰਨੀ ਸ਼ੁਰੂ ਕਰ ਦਿਓਗੇ, ਤੁਹਾਡਾ ਮਨ ਇੰਨਾ ਨਿਰਮਲ ਹੋ ਜਾਏਗਾ, ਨਿਮਾਣਾ ਹੋ ਜਾਏਗਾ ਕਿ ਤੁਸੀਂ ਕਿਸੇ ਨੂੰ ਵੀ ਮੰਦਾ ਨਹੀਂ ਬੋਲੋਗੇ, ਤੁਸੀਂ ਕਿਸੇ ਦਾ ਵੀ ਪਾਪ ਕਰਮ ਦਾ ਮਾਰਗ ਜਿਹੜਾ ਹੈ ਉਹ ਨਹੀਂ ਚੱਲੋਗੇ ਔਰ ਕਿਸੇ ਦਾ ਐਸਾ ਬੁਰਾ ਨਹੀਂ ਕਰੋਗੇ ਕਿਸੇ ਜਿਹਦੇ ਨਾਲ ਤੁਹਾਨੂੰ ਇਹ ਪਰਮਾਤਮਾ ਦੋਸ਼ ਲਾ ਦੇਵੇ। ਤੁਸੀਂ ਸੱਚ ਦੇ ਰਸਤੇ ਚੱਲ ਕੇ ਸੱਚ ਨਾਲ ਕਰਮ ਕਰਦੇ ਹੋਏ ਉਸ ਪਰਮ ਪਿਤਾ ਪਰਮਾਤਮਾ ਨਾਲ ਜੁੜੇ ਰਹੋਗੇ ਤੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਨਾਲ ਉਹ ਸਤਿਗੁਰੂ ਪਰਮ ਪਿਤਾ ਪਰਮਾਤਮਾ ਦੀ ਐਸੀ ਕਿਰਪਾ ਹੋਏਗੀ ਕਿ ਜਿਹੜੀ ਮਨ ਦੀ ਅਗਨੀ ਜਿਹੜੀ ਹੈ ਨਾ, ਮਾਇਆ ਜਿਹੜੀ ਅਗਨੀ ਹੈ ਸਾਰੇ ਸੰਸਾਰ ਦੀ, ਇਹ ਸਾਡੇ ਮਨ ਨੂੰ ਸੰਤਾਪ ਦਿੰਦੀ ਹੈ, ਸਾਡੇ ਮਨ ਨੂੰ ਰੋਗ ਦਿੰਦੀ ਹੈ, ਸਾਡੇ ਮਨ ਨੂੰ ਕਸ਼ਟ ਦਿੰਦੀ ਹੈ, ਇਹ ਸਤਿਗੁਰੂ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਦੁਆਰਾ ਇਹ ਅਗਨੀ ਜਿਹੜੀ ਆ ਉਦੋਂ ਖਤਮ ਹੋ ਜਾਏਗੀ, ਇਹ ਅੱਗ ਮਰ ਜਾਏਗੀ, ਅੱਗ ਨਹੀਂ ਰਹੇਗੀ, ਮਨ ਸ਼ੀਤਲ ਹੋ ਜਾਏਗਾ, ਤੁਹਾਡੇ ਅੰਤਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਸਰੂਪ ਜਿਹੜਾ ਹੈ ਉਹ ਸੂਰਜ ਸਰੂਪ ਪ੍ਰਕਾਸ਼ ਹੈ ਪਰਮਾਤਮਾ ਦਾ, ਪਰ ਉਹ ਵੀ ਪਰਮਾਤਮਾ ਦੀ ਕਿਰਪਾ ਦੁਆਰਾ ਚੰਦਰਮਾ ਸਰੂਪ ਸ਼ੀਤਲ ਹੋ ਕੇ ਮਨ ਨੂੰ ਸ਼ੀਤਲ ਕਰ ਦਿੰਦਾ ਹੈ ਔਰ ਤੁਹਾਨੂੰ ਸ਼ੀਤਲ ਦਰਸ਼ ਧਾਰੇ ਦਿੰਦਾ ਹੈ ਪਰਮਾਤਮਾ ਦਾ ਸਰੂਪ ਸੱਸ ਰੂਪ ਹੋ ਕੇ। ਵੈਸੇ ਪਰਮਾਤਮਾ ਦਾ ਸਰੂਪ ਜਿਹੜਾ ਹੈ ਉਹ ਕਰੋੜਾਂ ਸਰੂਪਾਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੈ ਜਿਸ ਦਾ ਤੇਜ ਬਹੁਤ ਹੈ, ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਇਹ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਜਿਹੜਾ ਹੈ ਚੰਦਰਮਾ ਸਰੂਪ ਹੋ ਕੇ ਗੁਰੂ ਭਗਤ ਪਿਆਰੇ ਨੂੰ ਦਰਸ਼ ਧਾਰੇ ਦੇਣੇ ਸ਼ੁਰੂ ਕਰ ਦਿੰਦਾ ਹੈ ਔਰ ਉਸਦੇ ਮਨ ਦੀ ਜਿਹੜੀ ਅਗਨੀ ਹੈ ਉਸ ਨੂੰ ਇਹ ਸ਼ਾਂਤ ਕਰ ਦਿੰਦਾ ਹੈ ਔਰ ਮਨ ਜਿਹੜਾ ਹੈ ਇੱਕ ਟਿਕਾ ਦੇ ਵਿੱਚ ਬੈਠ ਜਾਂਦਾ ਹੈ, ਕਿਸੇ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦਾ ਨਹੀਂ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਉਹ ਧੱਕੇ ਨਹੀਂ ਖਾਂਦਾ, ਇਹ ਮਨ ਇੱਕ ਟਿਕਾ ਦੇ ਵਿੱਚ ਆ ਕੇ ਗੁਰੂ ਪਰਮ ਪਿਤਾ ਪਰਮਾਤਮਾ ਦੇ ਸ਼ਬਦ ਦੇ ਨਾਮ ਸਿਮਰਨ ਦੁਆਰਾ ਪਰਮਾਤਮਾ ਦੇ ਚਰਨਾਂ 'ਚ ਟਿਕਿਆ ਰਹਿੰਦਾ ਔਰ ਸਦਾ ਇਹ ਫਿਰ ਇੱਕ ਥਾਂ ਦੇ ਉੱਤੇ ਆਸਣ ਲਗਾ ਕੇ ਪਰਮਾਤਮਾ ਦੀ ਚਰਨ ਛਰ ਰਹਿੰਦਾ, ਪਰਮਾਤਮਾ ਦਾ ਨਾਮ ਸਿਮਰਨ ਕਰਦਾ ਰਹਿੰਦਾ। ਇਸ ਤਰ੍ਹਾਂ ਨਾਲ ਇਹ ਮਨ ਜਿਹੜਾ ਸਾਡਾ ਭਟਕਦਾ ਕਿਤੇ ਨਹੀਂ ਹੈ, ਮਨ ਸ਼ੀਤਲ ਹੋ ਜਾਂਦਾ, ਠੰਡਾ ਹੋ ਜਾਂਦਾ ਔਰ ਉਸ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਸ਼ੀਤਲ ਹੋ ਜਾਣਾ, ਠੰਡਾ ਹੋ ਜਾਣਾ, ਇੱਕ ਥਾਂ ਤੇ ਟਿਕਾ ਤੇ ਬਹਿ ਜਾਣਾ ਪਰਮਾਤਮਾ ਦੀ ਸ਼ਰਨ ਦੇ ਵਿੱਚ, ਇਹਨੂੰ ਕਹਿੰਦੇ ਆ ਸਾਡਾ ਸਹਿਜ ਸੁਭਾਅ। ਜਦੋਂ ਇਹ ਸਹਿਜ ਅਵਸਥਾ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਉਦੋਂ ਇਹ ਸਮਝ ਲਓ ਕਿ ਪਰਮ ਪਿਤਾ ਪਰਮਾਤਮਾ ਸਾਡੇ ਅੰਤਰ ਹਿਰਦੇ ਦੇ ਵਿੱਚ ਬੈਠਾ ਹੋਇਆ ਕਿਰਿਆਮਾਨ ਹੈ ਸਾਡੇ ਸਰੀਰ ਦੇ ਵਿੱਚ, ਸਾਡੇ ਕਰਮ ਜਿਹੜੇ ਹੈ। ਫਿਰ ਗੁਰਮੁਖ ਪਿਆਰਾ ਆਪਣੀ ਮਰਜ਼ੀ ਦੇ ਕਰਮ ਨਹੀਂ ਕਰਦਾ, ਮੈਂ ਨਹੀਂ ਕਰਦਾ, ਹਾਂ ਹਾਂ ਨਹੀਂ ਕਰਦਾ, ਉਹ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਦੇ ਅਨੁਸਾਰ ਸਾਰੇ ਕਰਮ ਕਰਦਾ ਹੈ ਔਰ ਫਿਰ ਗੁਰੂ ਦੀ ਸ਼ਰਨ ਰਹਿੰਦਾ ਹੋਇਆ ਗੁਰੂ ਨੂੰ ਹੀ ਤੂੰ 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 ਹੀ ਤੂੰ ਮੈਂ ਖਤਮ ਉਹਦੀ ਹੋ ਜਾਂਦੀ ਹੈ ਔਰ ਉਹ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਦੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਔਰ ਸਭ ਕਾਰਜ ਜਿਹੜੇ ਆ ਉਹ ਪਰਮ ਪਿਤਾ ਪਰਮਾਤਮਾ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੂੰ ਕਰ ਤੂੰ ਕਰ ਤੂੰ ਕਰਨੇ ਹੈ। ਉਹਨੂੰ ਇਹ ਗਿਆਨ ਹੈ ਕਿ ਮੈਂ ਕੁਛ ਕਰਨ ਜੋਗਾ ਹੀ ਨਹੀਂ ਹਾਂ, ਤੂੰ ਹੀ ਕਰਨ ਜੋਗਾ ਹੈ, ਇਸ ਕਰਕੇ ਉਹ ਪਰਮ ਪਿਤਾ ਪਰਮਾਤਮਾ ਨੂੰ ਸਾਰੇ ਕਾਰਜ ਜੇ ਕੋਈ ਉਹਨੂੰ ਲੋੜ ਹੈ ਤਾਂ ਉਹ ਵੀ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੀ, ਜੇ ਕੋਈ ਉਹ ਕਾਰਜ ਹੋ ਰਿਹਾ ਤੇ ਉਹ ਵੀ ਇਹ ਕਹਿੰਦਾ ਸੱਚੇ ਪਾਤਸ਼ਾਹ ਤੂੰ ਕੀਤਾ, ਮੇਰੇ ਕੋਲੇ ਕੋਈ ਬਲ ਨਹੀਂ ਹੈ। ਇਸ ਕਰਕੇ ਉਸ ਗੁਰਮੁਖ ਪਿਆਰੇ ਦੀ ਹਉਮੈ ਖਤਮ ਹੋ ਜਾਂਦੀ ਹੈ, ਮੈਂ ਮੇਰੀ ਖਤਮ ਹੋ ਜਾਂਦੀ ਹੈ ਤੇ ਫਿਰ ਉਹ ਪਰਮ ਪਿਤਾ ਪਰਮਾਤਮਾ ਦਾ ਪਿਆਰਾ ਹੋ ਕੇ ਸਿਰਫ ਪਰਮ ਪਿਤਾ ਪਰਮਾਤਮਾ ਦੇ ਜਸ ਕਰ, ਪਰਮਾਤਮਾ ਦਾ ਜਸ ਕਰਨਾ ਹੀ ਤੂੰ ਹੈ, ਪਰਮਾਤਮਾ ਦੀਆਂ ਸਿਫਤ ਸਲਾਹਾਂ ਕਰਨੀਆਂ ਹੀ ਤੂੰ ਹੈ, ਪਰਮਾਤਮਾ ਦੇ ਗੁਣ ਗਾਉਣੇ ਹੀ ਤੂੰ ਹੈ ਤੇ ਇਸ ਤਰ੍ਹਾਂ ਦੇ ਨਾਲ ਜਿਹੜੇ ਗੁਰਮੁਖ ਪਿਆਰੇ ਉਸ ਪਰਮ ਪਿਤਾ ਪਰਮਾਤਮਾ ਦਾ ਜਸ ਕਰਦੇ ਹੋਏ ਤੂੰ ਹੀ ਤੂੰ ਗਾਉਂਦੇ ਰਹਿੰਦੇ ਹੈ, ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ, ਉਹ ਪਰਮ ਪਿਤਾ ਪਰਮਾਤਮਾ ਦੇ ਦਰਸ਼ ਦਾਰੇ ਹਮੇਸ਼ਾ ਹੀ ਕਰਦੇ ਰਹਿੰਦੇ ਹੈ। ਇਸ ਸੰਸਾਰ ਦੇ ਉੱਤੇ ਬੈਠੇ ਹੋਏ ਗੁਰਮੁਖ ਪਿਆਰੇ ਜੀਵਤ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹੈ, ਸੱਚਖੰਡ ਦੇ ਦੁਆਰਿਆਂ ਦੇ ਦਰਸ਼ ਦਾਰੇ ਕਰਦੇ ਰਹਿੰਦੇ ਹੈ, ਇਕਵੱਲਿਆ ਮੋਕਸ਼ ਨੂੰ ਪ੍ਰਾਪਤੀ ਹੋ ਜਾਂਦੀ ਹੈ, ਜਿੰਦਿਆਂ ਜੀ ਹੀ ਅਮਰਾ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿੰਦਿਆਂ ਜੀ ਹੀ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿੰਦਿਆਂ ਜੀ ਹੀ ਪਰਮ ਪਿਤਾ ਪਰਮਾਤਮਾ ਦੇ ਦਰਸ਼ ਦਾਰੇ ਸੰਸਾਰ ਦੇ ਵਿੱਚ ਬੈਠੇ ਕਰਨੇ ਸ਼ੁਰੂ ਕਰ ਦਿੰਦੇ ਹੈ। ਔਰ ਜਿਹੜੇ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਇਸ ਤਰ੍ਹਾਂ ਦੀ ਅਵਸਥਾ ਦੇ ਹੋ ਜਾਂਦੇ ਹੈ, ਉਹ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਦੇ ਜਿਹੜੇ ਭੇਦ ਦੱਸੇ ਆ ਉਹ ਸਾਰੇ ਭੇਦਾਂ ਦੇ ਮਾਲਕ ਹੋ ਜਾਂਦੇ ਹੈ। ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ, ਬ੍ਰਹਮ ਗਿਆਨੀ ਸਗਲ ਸ੍ਰਿਸ਼ਟੀ ਦਾ ਕਰਤਾ, ਬ੍ਰਹਮ ਗਿਆਨੀ ਸਗਲ ਵੇਦ ਦਾ ਗਿਆਤਾ, ਬ੍ਰਹਮ ਗਿਆਨੀ ਸਭ ਦੇ ਦਿਲਾਂ ਦੇ ਅੰਦਰ ਜਾਣਨ ਵਾਲਾ, ਬ੍ਰਹਮ ਗਿਆਨੀ ਜਿਹੜਾ ਹੈ ਸਾਰੀ ਸ੍ਰਿਸ਼ਟੀ ਨੂੰ ਨਾਸ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ, ਉਸ ਦੀ ਐਸੀ ਪਰਮਾਤਮਾ ਵੱਲੋਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਕਿ ਉਸ ਦੇ ਵਿੱਚ ਸਾਰੇ ਗੁਣ ਪਰਮਾਤਮਾ ਵਾਲੇ ਪ੍ਰਗਟ ਹੋ ਜਾਂਦੇ ਹੈ।
ਇਸ ਕਰਕੇ ਇਸ ਤਰ੍ਹਾਂ ਨਾਲ ਗੁਰੂ ਦੇ ਪਿਆਰੇ ਜਿਹੜੇ ਆਪਣਾ ਜੀਵਨ ਜਿਉਂਦੇ ਆ ਪਰਮ ਪਿਤਾ ਪਰਮਾਤਮਾ ਦੇ ਨਾਮ ਸ਼ਬਦ ਦੁਆਰਾ ਜੁੜ ਕੇ ਸ਼ਬਦ ਨੂੰ ਗੁਰੂ ਮੰਨ ਕੇ ਪਰਮ ਪਿਤਾ ਪਰਮਾਤਮਾ ਦੇ ਦਰਸ਼ ਦਾਰੇ ਕਰਦੇ ਆ, ਉਹਨਾਂ ਦੇ ਜੀਵਨ ਜਿਹੜੇ ਆ ਸੁਖਮਈ ਹੁੰਦੇ ਆ, ਉਹਨਾਂ ਨੂੰ ਕਦੇ ਵੀ ਦੁੱਖ ਕਦੇ ਵੀ ਕਲੇਸ਼ ਨਹੀਂ ਲੱਗਦੇ, ਕਦੇ ਵੀ ਉਹਨਾਂ ਨੂੰ ਸੰਤਾਪ ਨਹੀਂ ਲੱਗਦੇ, ਕਦੇ ਵੀ ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਉਹ ਵਿਆਪਤ ਨਹੀਂ ਹੁੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਪਹਿਲਾਂ ਹੀ ਭੱਜ ਜਾਂਦੇ ਆ, ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਆ ਨਾ ਅਸੀਂ ਉਦੋਂ ਹੀ ਭੱਜ ਜਾਂਦੇ ਆ। ਉਹਨਾਂ ਦੇ ਥਾਂ ਦੇ ਉੱਤੇ ਗੁਰਮੁਖ ਪਿਆਰਾ ਉਪਕਾਰੀ ਹੋ ਕੇ ਧਰਮ ਦਾ, ਦਇਆ ਦਾ, ਸੰਤੋਖ ਦਾ, ਸੱਚ ਔਰ ਧੀਰਜ ਦਾ ਧਾਰਨੀ ਬਣ ਜਾਂਦਾ ਹੈ ਔਰ ਹਮੇਸ਼ਾ ਹੀ ਕਲਿਆਣ ਦੇ ਕਾਰਿਆ ਕਰਦਾ, ਲੋਕਾਂ ਦੇ ਪਰਉਪਕਾਰ ਦੇ ਭਲੇ ਦੇ ਜੀਵਨ ਵਿੱਚ ਉਹ ਕਰਮ ਕਰਦਾ, ਉਹ ਲੋਕਾਂ ਨੂੰ ਨਾਮ ਦਾਨ ਇਸ਼ਨਾਨ ਦੀ ਅਵਸਥਾ ਦਿੰਦਾ ਹੈ, ਉਹਨਾਂ ਨੂੰ ਸਿੱਖਿਆ ਦਿੰਦਾ ਹੈ। ਭਾਈ ਗੁਰੂ ਪਿਆਰਿਓ, ਪਰਮਾਤਮਾ ਦਾ ਨਾਮ ਸਿਮਰਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰੋ। ਉਹ ਪਰਉਪਕਾਰ ਦੇ ਗੁਰੂ ਸਾਹਿਬ ਨੇ ਸਮਝਾਇਆ ਕਿ ਗੁਰਮੁਖ ਪਿਆਰੇ ਆਉਂਦੇ ਹੀ ਪਰਮਾਤਮਾ ਦਾ ਕਾਰਜ ਕਰਨ ਵਾਸਤੇ ਹੈ। ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਣ, ਪ੍ਰਭ ਸਿਉ ਲੈਣ ਮਿਲਾਏ। ਇਸ ਤਰ੍ਹਾਂ ਨਾਲ ਇਹ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਲੋਕ ਜਿਹੜੇ ਨਾ, ਆਪ ਜਪੈ ਅਵਰੈ ਨਾਮ ਜਪਾਵੈ, ਐਸੀ ਅਵਸਥਾ ਦੇ ਵਿੱਚ ਆ ਜਾਂਦੇ ਆ ਔਰ ਸੰਸਾਰ ਦੇ ਲੋਕਾਂ ਦਾ ਉਪਕਾਰ ਕਰਦੇ ਆ, ਭਲਾ ਕਰਦੇ ਆ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸ਼ਮਾਂ ਦੇ ਜਾਚਕ ਹਾਂ। ਗੁਰੂ ਸਾਹਿਬ ਨੇ ਸਾਨੂੰ ਬਹੁਤ ਹੀ ਕੀਮਤੀ ਗਿਆਨ ਪ੍ਰਕਾਸ਼ ਜਿਹੜਾ ਹੈ ਇਸ ਬਾਣੀ ਦੇ ਵਿੱਚ ਬਖਸ਼ਿਆ ਹੈ। ਜੇ ਕਿਤੇ ਅਸੀਂ ਇਸ ਬਾਣੀ ਨੂੰ ਪਿਆਰ ਨਾਲ ਸਰਵਣ ਕਰੀਏ, ਜੇ ਕਿਤੇ ਇਸ ਬਾਣੀ ਨੂੰ ਸੁਣ ਕੇ ਅਸੀਂ ਮੰਨ ਕੇ ਆਪਣੇ ਹਿਰਦੇ ਦੇ ਵਿੱਚ ਇਹ ਅਮਲ ਧਾਰਨ ਕਰ ਲਈਏ ਤੇ ਪਰਮ ਪਿਤਾ ਪਰਮਾਤਮਾ ਸਾਡੇ ਦੂਰ ਨਹੀਂ ਹੈ, ਪਰਮ ਪਿਤਾ ਪਰਮਾਤਮਾ ਤਾਂ ਸਾਡੇ ਅੰਦਰ ਹੀ ਗੁਫਾ ਦੇ ਵਿੱਚ ਬਿਰਾਜਮਾਨ ਹੈ। ਗੁਰੂ ਸਾਹਿਬ ਨੇ ਕਿਹਾ ਨਾ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸਾਨੂੰ ਔਰ ਪਰਮਾਤਮਾ ਨੂੰ ਇੱਕੋ ਸੇਜ ਦੇ ਉੱਤੇ ਬਿਠਾ ਕੇ ਪਰਮ ਪਿਤਾ ਪਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਜੀਵ ਨੂੰ ਕਰਮ ਕਰਨ ਵਾਸਤੇ ਭੇਜਿਆ ਹੋਇਆ, ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਭੇਜਿਆ ਹੋਇਆ। ਸਿਰਫ ਇੱਕ ਮਾਇਆ ਦਾ ਮਹੀਨ ਜਾਂ ਪਰਦਾ ਲਾ ਕੇ ਇਹ ਭੇਦ ਲੁਕਾਇਆ ਹੋਇਆ। ਜੇ ਮਾਇਆ ਦਾ ਪਰਦਾ ਸ਼ਬਦ ਨਾਮ ਦੁਆਰਾ, ਅਸੀਂ ਗੁਰੂ ਦੀ ਕਿਰਪਾ ਦੁਆਰਾ ਨਾਮ ਸ਼ਬਦ ਲੈ ਕੇ ਗੁਰੂ ਦੀ ਕਿਰਪਾ ਦੁਆਰਾ ਨਾਮ ਸਿਮਰਨਾ ਕਰਕੇ ਇਸ ਪਰਦੇ ਨੂੰ ਅਸੀਂ ਹਟਾ ਦਈਏ, ਹਉਮੈ ਹੰਕਾਰ ਖਤਮ ਹੋ ਜਾਵੇ, ਕਾਮ ਲੋਭ ਮੋਹ ਹੰਕਾਰ ਖਤਮ ਹੋ ਜਾਵੇ ਤੇ ਸਾਡਾ ਮਨ ਨਿਰਮਲ ਹੋ ਜਾਂਦਾ, ਸਾਨੂੰ ਪਰਮ ਪਿਤਾ ਪਰਮਾਤਮਾ ਦੇ ਦਰਸ ਦਾਰੇ ਹੋਣੇ ਸ਼ੁਰੂ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸ਼ਮਾਂ ਦੇ ਜਾਚਕ ਹਾਂ। ਵਿਚਾਰ ਦੇ ਵਿੱਚ ਕੋਈ ਤਰੁੱਟੀ ਮਹਿਸੂਸ ਹੋਵੇ ਸਾਧ ਸੰਗਤ ਨੂੰ, ਗੁਰਮੁਖ ਪਿਆਰਿਆਂ ਨੂੰ, ਤੇ ਅਸੀਂ ਸ਼ਮਾਂ ਦੇ ਜਾਚਕ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ ਅੰਤਰਜਾਮੀ, ਹੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ, ਸਾਨੂੰ ਪਰਮ ਹੰਸ ਵਿਵੇਕ ਬੁੱਧ ਬਖਸ਼ ਕੇ, ਹੋਰ ਗਿਆਨ ਪ੍ਰਕਾਸ਼ ਬਖਸ਼ ਕੇ ਸਾਨੂੰ ਨਿਹਾਲ ਕਰ ਦਿਓ। ਅਕਾਲ ਪੁਰਖ ਅੰਤਰਜਾਮੀ ਨੂੰ ਵੀ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਸਾਡੇ ਉੱਤੇ ਮਿਹਰ ਭਰੀ ਨਿਗਾਹ ਪਾ ਕੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸਾਨੂੰ ਆਪਣਾ ਕਰ ਲਓ, ਸਾਨੂੰ ਆਪਣੇ ਦਰਸ਼ ਦਾਰੇ ਬਖਸ਼ੋ, ਸਾਨੂੰ ਆਪਣਾ ਗਿਆਨ ਪ੍ਰਕਾਸ਼ ਬਖਸ਼ੋ, ਸਾਨੂੰ ਆਪਣਾ ਪਿਆਰ ਬਖਸ਼ੋ। ਅਸੀਂ ਤੇਰੇ ਹਾਂ, ਮੰਦੇ ਹਾਂ, ਚੰਗੇ ਹਾਂ, ਜੋ ਵੀ ਤੇਰੇ ਹਾਂ ਸੱਚੇ ਪਾਤਸ਼ਾਹ, ਸਾਡੇ ਔਗੁਣਾਂ ਦਾ ਨਾਸ ਕਰਕੇ ਗੁਣਾਂ ਦੀ ਭਰਪੂਰੀ ਕਰੋ, ਆਪਣੇ ਪਿਆਰ ਭਰੇ ਦਰਸ਼ ਦਾਰੇ ਬਖਸ਼ ਕੇ ਸਾਨੂੰ ਨਿਹਾਲ ਕਰ ਦਿਓ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸ਼ਮਾਂ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।